बिस्मिल्लाहिर्रहमानिर्रहीम, अस्सलाम वालेकुम। आज चाचे हाजी बशीर अहमद शेख दे नाल असां किस्से दी त्रीजी पौड़ी दा हाल करेंदे हैं। ये रोहिचोलिस्तान दे सोने सोने बाल भी साडे नाल मौजूद हैं। भाई ये दसो मियाँ, तुसा किस्सा पहले कदे ही सुनिए कहना। चाचे सी इन्ना को तुसा किस्सा क्यों नहीं सुनवेंदे? ਬਸ ਵਾਲੇ ਇਹ ਕਿ ਹੁਣ ਵਕਤ ਹੀ ਹੋ ਜਾ ਗਏ, ਹਰ ਕੋਈ ਮਸਰੂਫ ਆ, ਵੱਧ ਗਈ ਹੈ ਅੱਛਾ, ਹਰ ਕੋਈ ਇਹਨਾਂ ਬਾਲਾਂ ਆਪਣਾ ਕੋ ਕਿਸੇ ਦਾ ਸੂਹਾ ਕਰੋ। ਇਹ, ਕਿਉਂਕਿ ਹੁਣ ਅੱਗੇ ਦੌਰ ਵੀ ਆ ਕਿ ਇਹੋ ਜਿਹੜੇ ਬਾਲ ਹਨ ਜਿਹੜੇ ਖੇਡਦੇ ਹਨ। ਸਹੀ ਹੁਣ ਤਾਂ ਪਹਿਲੇ ਤਾਂ ਇਹ ਕਿ ਸਕੂਲ 'ਚ ਸਹੀ ਬਾਲ ਕੋਈ ਹੋਸ਼ ਪਕੜਿਆ, ਸਕੂਲ 'ਚ ਸਹੀ ਵੱਲ ਕੋਈ ਦਰਸ 'ਚ ਸਹੀ ਵੱਲ ਊਂ ਤੂੰ ਕੋਈ ਜਿਹੜਾ ਘਰ ਖੜ ਗਿਆ, ਜਿਹੜਾ ਨਾ ਪੜ੍ਹਿਆ ਡੰਡ ਕੇ ਖੱਲੇ ਖਾ ਤੇ ਵੱਲ ਮਾਰਦਾ, ਅੱਛਾ ਉਹਨਾਂ ਕੋ ਮਾਰਨਾ ਨਾ ਸੀ, ਜੋੜ ਲਿਆ, ਪੜ੍ਹਨਾ ਤਾਂ ਚਾਹੀਦਾ ਹੈ ਪੜ੍ਹਨਾ ਬਈ। ਚਾਹੀਦਾ ਬਾਲੋ ਤੁਸੀਂ ਪੜ੍ਹਦੇ ਵੀ ਪਏ ਵੇ? ਵਾਹ ਭਾਈ ਵਾਹ, ਮਾਲ ਸ਼ਾਲ ਨਾਲ ਹੀ ਸੂ ਸੂ ਜਾਣ ਦਾ ਤੁਹਾਡੀ ਹੋਸੇ। ਚਲੋ ਆਓ ਚਾਚੇ ਸਿੰਘ ਨੂੰ ਆਪਾਂ ਰਲ ਤੇ ਅੱਜ ਕਿੱਸਾ ਸੁਣਦੇ ਹਾਂ। ਚਾਚਾ ਹਾਜੀ ਬਸ਼ੀਰਾ ਮਸੀ, ਸੁਣੋ ਕਿੱਸੇ ਦੀ ਤ੍ਰੀਜੀ ਪੌੜੀ ਦਾ ਹਾਲ। ਅਸੀਂ ਇਹ ਪਹਿਲੀ ਪਹਿਲਾ ਇਬਤਦਾ ਹੀ ਸਹੀ ਦੂਜੀ ਪੌੜੀ ਤੁਹਾਨੂੰ, ਇਹ ਪਹਿਲੀ ਪੌੜੀ ਤੁਹਾਨੂੰ ਸੁਣਾਈਏ। ਇਹ ਦੂਜੀ ਪੌੜੀ ਹੁਣ ਸ਼ੁਰੂ ਥੀ ਸੀ। ਅੱਛਾ ਸਹੀ, ਇਹ ਪੌੜੀ ਦੀ ਸੀ ਇਬਤਦਾ। ਅੱਛਾ ਇਹ ਦੂਜੀ ਪੌੜੀ ਹੈ, ਪਹਿਲਾ ਜਿਹੜਾ ਹਾ ਮੌਲਵੀ ਫਤਿਹ ਮੁਹੰਮਦ ਅਲਾ, ਉਹ ਹੀ ਮੈਂ ਆਖੋ ਕਿਸੇ ਦਾ ਮੁੰਡ ਹੈ, ਉਹ ਕਿਸੇ ਦਾ ਮੁੰਡ ਹਾ। ਅੱਛਾ ਰਾਣੀ ਆਣ ਭੱਤੀ ਰਾਣੇ ਆਣ ਬੋਲਦੇ ਤਖਤ ਦੀ ਜ਼ਾਰਤ ਦੇ, ਇਹਨਾਂ ਪੌੜੀਆਂ ਜਿਹੜਾ ਇਹ ਪਹਿਲੀ ਪੌੜੀ ਸੁਣੀ ਹੈ। ਠੀਕ ਹੈ, ਹੁਣ ਦੂਜੀ ਪੌੜੀ ਸੁਣਦੇ ਪਏ ਮਾਰਕਾ ਜੀ। ਸਹੀ, ਇਹ ਦੂਜੀ ਪੌੜੀ ਵਾਲਾ ਸੀ ਬੀਰਬਲ ਸੁਣਵੇਂਦੇ ਜਹਾਨਮ ਬਾਦਸ਼ਾਹ ਕੋ। ਠੀਕ ਹੈ ਵੀ ਜਹਾਨਮ ਬਾਦਸ਼ਾਹ ਖੜਵਾਂ ਮੇਰੀ ਗੱਲ ਸੁਣ ਤੇ ਵਾ ਲੱਗਾ ਕਦਮ ਰੱਖੇ। ਠੀਕ ਹੈ, ਉਹ ਖੜ ਗਏ, ਉਹ ਆਖਿਆ ਇੱਕ ਵਕਤ ਦਾ ਬਾਦਸ਼ਾਹ ਹੀ, ਬਾਦਸ਼ਾਹ ਆਪ ਖੁਦਾ ਇੱਕ ਟੁਕੜੇ ਜ਼ਮੀਨ ਦਾ ਬਾਦਸ਼ਾਹ ਤੇ ਉਹਦਾ ਇੱਕ ਪੁੱਤਰ ਹੈ। ਠੀਕ ਹੈ, ਉਹ ਜਿਸ ਵੇਲੇ ਜਵਾਨ ਥਿਆ ਨਾ ਤਾਂ ਉਹ ਕੋ ਦਿਲ ਦੇ ਵਿੱਚ ਹਸਰਤ ਹੋਵੇ ਕਿ ਮੇਰਾ ਇੱਕ ਪੁੱਤਰ ਹੈ, ਮੈਂ ਇਹਦੀ ਸ਼ਾਦੀ ਉੱਥਾਂ ਹੀ ਕਰਾਂ ਜਿੱਥਾਂ ਕਿ ਮਤਲਬ ਇਹ ਕਿ ਕੋਈ ਵੱਡਾ ਸ਼ਹਿਨਸ਼ਾਹ ਬਾਦਸ਼ਾਹ ਵੱਡਾ ਹੋਵੇ। ਠੀਕ ਹੈ, ਅਸੀਂ ਵੱਡੇ ਘਰਾਣੇ ਦਾ ਹੋਵੇ, ਮੇਰਾ ਇੱਕ ਪੁੱਤਰ ਹੈ, ਇਹ ਕਿਆ ਕਰੇ ਸੀ। ਸਹੀ, ਜਿਸ ਵੇਲੇ ਪੁੱਤਰ ਕੋ ਪਤਾ ਲੱਗਾ ਨਾ ਮੇਰਾ ਅੱਬਾ ਹਜ਼ੂਰ ਸ਼ਾਦੀ ਵਾਸਤੇ ਮੇਰੇ ਕੋਈ ਸੁਚੇ ਦਾ ਪਏ, ਤਾਂ ਉਹ ਪਿਓ ਕੋ ਆਖਿਆ ਅੱਬਾ ਮੇਰੀ ਸ਼ਾਦੀ ਦਾ ਹੱਲ ਮੇਰੇ ਕੋਲ ਹੈ। ਸਹੀ, ਉਹ ਆਖਿਆ ਵਾ ਪੁੱਤਰ ਕਿਵੇਂ? ਉਹ ਆਖਿਆ ਇੱਕ ਸ਼ਹਿਜ਼ਾਦੀ ਮੇਰੇ ਕੋ ਖਾਬ ਵਿੱਚ ਮਿਲਦੀ ਹੈ। ਠੀਕ ਹੈ, ਜਿਹੜੀ ਪੰਜ ਫੁੱਲਾਂ ਨਾਲ ਰੋਜ਼ਾਨਾ ਤੁਲਦੀ। ਅੱਛਾ, ਪੰਜ ਫੁੱਲ ਉਹਦਾ ਵਜ਼ਨ। ਠੀਕ ਹੈ, ਅਤੇ ਉਹ ਮੇਰੇ ਕੋ ਖਾਬ ਵਿੱਚ ਮਿਲਦੀ ਹੈ, ਜਿਹਦੇ ਨਾਲ ਉਹ ਮੇਰੇ ਕੋ ਜ਼ਾਰਾ ਕਿਤੇ ਮਿਲ ਗਈ ਤਾਂ ਮੈਂ ਸ਼ਾਦੀ ਹੁੰਦੇ ਨਾਲ ਕਰਦਾ ਸੀ। ਠੀਕ ਹੈ, ਤੁਸਾਂ ਜੇ ਅਗਰ ਸ਼ਾਦੀ ਮੇਰੀ ਕਰਨੀ ਹੈ ਤਾਂ ਹੁੰਦੀ ਤਲਾਸ਼ ਕਰ। ਠੀਕ ਹੈ, ਹਾਂ ਕਿਆ ਠੀਕ ਹੈ। ਬਾਦਸ਼ਾਹ ਨੇ ਬੜੀ ਕੋਸ਼ਿਸ਼ ਕੀਤੀ, ਬਾਦਸ਼ਾਹ ਇਰਦ ਗਿਰਦ ਆਪਣੇ ਚਾਰ ਚੁਫੇਰੇ ਬੰਦੇ ਇਵੇਂ ਭੇਜੇ, ਆਪ ਟੁਰਿਆ, ਲੜਕੀ ਦੀ ਸੂਹ ਨਾ ਕਿਰੋ ਮਿਲੀ। ਠੀਕ ਹੈ, ਊਂ ਆਖਿਆ ਪੁੱਤਰ ਗੱਲ ਇਵੇਂ ਫਲਾਣਾ ਬਾਦਸ਼ਾਹ ਮੈਂ ਤੇਰੇ ਉਹਦੇ ਘਰ ਸ਼ਾਦੀ ਕਰ ਲਵਾਂ। ਉਹ ਕੋਈ ਊਂ ਆਖਿਆ ਫਲਾਣਾ ਬਾਦਸ਼ਾਹ ਉਹਦੇ ਘਰ ਤੇਰੇ ਮੈਂ ਸ਼ਾਦੀ ਕਰ ਲਵਾਂ। ਉਹ ਆਖਿਆ ਕੋਈ, ਊਂ ਆਖਿਆ ਤੇ ਉਹ ਲੜਕੀ ਤਾਂ ਮੇਰੇ ਕੋਲ ਨਹੀਂ ਮਿਲਦੀ। ਊਂ ਆਖਿਆ ਨਹੀਂ ਮਿਲਦੀ ਤਾਂ ਵੱਲ ਮੇਰੇ ਹਾਲ ਤੇ ਛੋੜ। ਠੀਕ ਹੈ, ਊਂ ਆਖਿਆ ਵੀ ਤੇ ਕੋਈ ਜਦ ਸਹੀ ਤੂੰ ਜਿਹੜਾ ਕੁਝ ਘਰੂ ਚ ਨੇ, ਸਹੀ ਅਗਰ ਤੂੰ ਕੋ ਗੋਲ ਸਕਦੇ ਤਾਂ ਹਾਸਲ ਕਰਨ ਕਰ। ਠੀਕ ਹੈ, ਮੇਰੇ ਲਈ ਇਜਾਜ਼ਤ। ਠੀਕ ਹੈ, ਉਹ ਸੀ ਆਪਣੇ ਖੁਰਜਾਂ ਨੂੰ ਪੈਸਿਆਂ ਦੀ ਭਰੀ ਘੋੜਾ ਆਪਣਾ ਤਿਆਰ ਕੀਤਾ ਅਤੇ ਪਿਓ ਮਾਂ ਨਾਲ ਅਲਵਿਦਾ ਕਰਕੇ ਰਵਾਨਾ ਸੀ, ਤੁਰ ਪਿਆ। ਤੁਰਿਆ ਸਹੀ ਜਿਸ ਵੇਲੇ ਨਾ ਤਾਂ ਅੱਗੋਂ ਜੰਗਲ ਹੈ, ਊਂ ਜੰਗਲ ਦੇ ਵਿੱਚ ਮਤਲਬ ਹੈ ਕਿ ਵੇਹਾਂ ਵਗਜਾਂ ਊਂ ਕੋ ਤਰੇ ਦੀ ਤਲਬ ਸੀ। ਠੀਕ, ਕਿ ਪਾਣੀ ਮੈਂ ਕਹਿੰਦੀ ਕੋਲ ਰੱਖਿਆ ਸਹੀ, ਅਤੇ ਜੰਗਲ ਪਤਾ ਨਹੀਂ ਢੇਰੇ ਸਹੀ ਵੱਲ ਨਾ ਕਦੇ ਜੰਗਲ 'ਚ ਵੰਜਣ ਵਾਲਾ ਬਾਦਸ਼ਾਹ ਦਾ ਬਾਲ ਹੈ। ਠੀਕ ਹੈ, ਊਂ ਕੋ ਨਾ
ਕੋਈ ਦੋ ਚਾਰ ਬੰਦੇ ਇਵੇਂ ਟਿੱਬੀ ਦੇ ਉੱਤੇ ਬੈਠੇ ਨਜ਼ਰ ਆਏ ਤੇ ਊਂ ਘੋੜਾ ਉਹਨੇ ਭਜਾ ਰੱਖਿਆ। ਠੀਕ ਹੈ। ਜਿਸ ਵੇਲੇ ਉਸ ਟਿੱਬੀ 'ਤੇ ਪਹੁੰਚਾ, ਘੋੜਾ ਵੱਧ ਤੇ ਉਹਨਾਂ ਨੂੰ ਸਲਾਮ ਵਾਲੇਕੁਮ, ਵਾਲੇਕੁਮ ਸਲਾਮ ਮਾਰ ਕੇ ਉਹ ਚਾਰ ਜਣੇ ਹਨ ਉਹ ਉੱਠੇ, ਉਹ ਮਿਲੇ, ਮਿਲ ਕੇ ਬਹਿ ਗਏ। ਠੀਕ ਹੈ। ਉਹਨਾਂ ਪੁੱਛਿਆ ਸੀ ਕੌਣ ਹੈ ਤੂੰ? ਉਹ ਆਖਿਆ ਸੀ ਮੈਂ ਫਲਾਣੇ ਬਾਦਸ਼ਾਹ ਦਾ ਪੁੱਤਰ ਹਾਂ, ਮੇਰੇ ਕੋਲ ਉਹਦਾ ਨਾਂ ਯਾਦ ਕਹਿ ਨਹੀਂ, ਮੈਂ ਉਹਦੇ ਬਾਦਸ਼ਾਹ ਦਾ ਪੁੱਤਰ ਹਾਂ ਅਤੇ ਇਵੇਂ ਨਾ ਬਸ ਘਰੋਂ ਅੱਜ ਨਿਕਲ ਪਿਆ ਅਤੇ ਵਹਿੰਦਾ ਸੈਰ 'ਤੇ ਪਿਆ। ਠੀਕ ਹੈ। ਅਤੇ ਮੇਰੇ ਕੋਲ ਤਰੇਹ ਲੱਗੀ ਯਾਰ, ਪਾਣੀ ਹੋਵੇ ਤਾਂ ਪਾਣੀ ਪਿਲਾ। ਅੱਛਾ। ਉਹਨਾਂ ਆਖਿਆ ਸੀ ਪਾਣੀ ਢੇਰ, ਪਾਣੀ ਪਿਲਾਇਆ। ਤੁਸਾਂ ਕੌਣ ਵੇ? ਉਹਨਾਂ ਆਖਿਆ ਅਸਾਂ ਬਈ ਸੰਨਾਸੀ ਆਏ, ਬੂਟਿਆਂ ਬੱਚਿਆਂ ਗੋਲਣ ਵਾਲੇ ਅਤੇ ਇਵੇਂ ਚਾਰ ਅਸਾਂ ਬੇਰਾ ਆਏ। ਠੀਕ ਹੈ। ਅਤੇ ਤੂੰ ਹੈ ਬਾਦਸ਼ਾਹ ਦਾ ਪੁੱਤ? ਠੀਕ। ਤੂੰ ਆ ਗਏ ਅੱਲਾਹ ਵਾਲੇ, ਤੇਰੇ ਕੋਲ ਅਸਾਂ ਸੱਜਿਆ ਕਹਿ ਨਹੀਂ, ਕੁਦਰਤੀ ਆ ਗਏ, ਅੱਲਾਹ ਤਾਲਾ ਦੇ ਹੁਕਮ ਨਾਲ ਆ ਗਏ ਸਾਡੇ ਕੋਲ। ਸਹੀ। ਸਾਡੀ ਅੱਜ ਆਪਸ ਵਿੱਚ ਭਿਰਾਵਾਂ ਦੀ ਮੂੰਹਮਾਰੀ ਥੀ ਗਈ ਹੈ। ਅੱਛਾ। ਸਾਡੇ ਕੋਲ ਹਨ ਇਹ ਚਾਰ ਚੀਜ਼ਾਂ ਅਤੇ ਅਸਾਂ ਵੱਖਰੇ ਥੀਂਦੇ ਹਾਂ, ਇਹ ਸਾ ਕੋ ਆਪਣੇ ਹੱਥ ਨਾਲ ਤਕਸੀਮ ਕਰਨੀ। ਅੱਛਾ। ਉਹ ਆਖਿਆ ਵੀ ਕਿਹੜਾ ਕਿਹੜਾ ਚਾਰ ਚੀਜ਼ਾਂ? ਉਹ ਆਖਿਆ ਇੱਕ ਤਾਂ ਇਹ ਉਡਣ ਕਟੋਰਾ। ਅੱਛਾ। ਉਹ ਆਖਿਆ ਇਹ ਕਿਆ ਕਿਆ ਕਰਨ ਦੇ, ਕਿਆ ਕੰਮ ਕਰਨ ਦੇ? ਇਹਦਾ ਕੰਮ ਕਿਆ ਹੈ? ਉਹ ਆਖਿਆ ਇਹਦੇ ਉੱਤੇ ਅਸਾਂ ਚੜ ਬੰਨ੍ਹੇ, ਸਫ਼ਰ ਕਰਨ ਦੇ, ਜਿੱਥਾਂ ਵੰਜਣਾ ਹੋਵੇ ਉੱਥਾਂ ਪਹੁੰਚਾ ਦੇ। ਸਹੀ। ਦੂਜਾ ਸਾਡੇ ਕੋਲ ਇਹ ਦੇ ਕੇ। ਸਹੀ। ਉਹ ਆਖਿਆ ਇਹ ਕੰਮ ਕਿਆ ਕਰਨ ਦੇ? ਉਹ ਆਖਿਆ ਇੰਕੂ ਭਾ ਬਾਲ ਤੇ ਇਹਦੇ ਪਾਣੀ ਖਾਤੇ ਢੱਕ ਦੇ ਤੇ ਉੱਤੇ ਰੱਖ ਲੈਂਦੇ ਹੈ, ਜਿਹੜਾ ਖਾਣਾ ਆਖੂ ਉਹ ਤਿਆਰ ਥੀ ਮੈਂ। ਠੀਕ ਹੈ। ਹਾਂ ਠੀਕ ਠੀਕ ਆ। ਤੀਜਾ ਉਹ ਆਖਿਆ ਇਹ ਗੁਥਲੀ ਹੈ ਸੀ, ਇਹਦਾ ਕਿਆ ਕਮਾਲ ਹੈ? ਉਹ ਆਖਿਆ ਜਿਤਨਾ ਪੈਸਿਆਂ ਦੀ ਜ਼ਰੂਰਤ ਥੀ ਵੇ, ਇਹਦਾ ਗੁਥਲੀ ਦਾ ਮੂੰਹ ਖੋਲੋ, ਉਤਨੇ ਪੈਸੇ ਵਿੱਚੋਂ ਕੱਢ ਗਏ। ਠੀਕ ਹੈ। ਹਾਂ ਠੀਕ ਠੀਕ ਆ। ਚੌਥਾ ਹੀ ਉਹ ਆਖਿਆ ਚੌਥਾ ਇਹ ਡੰਡਕਾ ਹੈ। ਅੱਛਾ। ਉਹ ਆਖਿਆ ਇਹਦਾ ਕਿਆ ਕਮਾਲ ਹੈ? ਉਹ ਆਖਿਆ ਜਿਹੜਾ ਬੰਦਾ ਮਰ ਵਣੇ, ਸੱਤ ਚੱਕਰ ਸਿੱਧੇ ਸੱਤ ਪੁੱਠੇ ਦੇ ਤੇ ਇਹਦੇ ਮੱਥੇ 'ਤੇ ਰੱਖੋ, ਇਹ ਕਲਮਾ ਭਰ ਤੇ ਉੱਠੀ ਬੰਦ। ਅੱਛਾ। ਉਹ ਆਖਿਆ ਚੀਜ਼ਾਂ ਤਾਂ ਚਾਰੇ ਕਮਾਲ ਹੈ। ਠੀਕ ਹੈ। ਉਹ ਆਖਿਆ ਵੱਲ ਮੇਰਾ ਫੈਸਲਾ ਮੰਨੇ ਸੋ? ਉਹ ਆਖਿਆ ਕਿਉਂ ਨਾ ਸੀ, ਤੇਰੇ ਕੋਲ ਅਸਾਂ ਅਖਤਿਆਰ ਦਿੱਤੇ। ਜੀ। ਤੂੰ ਬਾਦਸ਼ਾਹ ਜਿਵੇਂ ਕਰ ਲਵੇ ਸਾਕੋ ਆਮੀਨ। ਸਹੀ ਹੈ। ਉਹ ਆਖਿਆ ਤੁਸਾਂ ਚਾਰ ਜਣੇ ਲੰਗੋਟੇ ਕੱਢ ਗਏ ਨਾ, ਜੁੱਤਿਆਂ ਲਹਾਤੀ ਥੀ ਰੱਖ ਲਓ, ਟਿੱਬੀ ਹੈ। ਸਹੀ। ਮੈਂ ਇਵੇਂ ਤੀਰ ਮਰੇ ਨਾ, ਤੁਸਾਂ ਚਾਰੇ ਇਹਦੇ ਪਿੱਛੋਂ ਭੱਜੋ। ਸਹੀ। ਜਿਹੜਾ ਤੀਰ 'ਤੇ ਪਹਿਲੇ ਪੁੱਜ ਗਿਆ ਉਹ ਤੀਰ ਚਾਹ 'ਤੇ ਆ ਸੀ, ਇੱਕ ਚੀਜ਼ ਚੋਣਵੀਂ ਚਾਹ ਗਈ ਸੀ। ਅੱਛਾ। ਵੱਲ ਮੈਂ ਤੀਰ ਮਰੇ ਸਾਂ, ਉਤਰਾਏ ਭੈਸੇ ਨੂੰ ਉਹਨਾਂ 'ਚੋਂ ਤਰੀਆਂ 'ਚੋਂ ਜਿਹੜਾ ਤੀਰ ਪਹਿਲੇ 'ਚ ਸੀ ਉਹ ਮੇਰੇ ਕੋਲ ਆ ਸੀ, ਇੱਕ ਚੀਜ਼ ਚੋਣ 'ਤੇ ਚਾਹ ਗਈ ਸੀ। ਠੀਕ ਹੈ। ਤੀਜੀ ਦਫ਼ਾ ਜਲੇ ਤੀਰ ਮਰੇ ਸਾਂ, ਉਹ ਦੂ ਹੋ ਸਨ, ਉਹਨਾਂ 'ਚੋਂ ਜਿਹੜਾ ਤੀਰ ਚਾਹ ਸੀ ਉਹ ਇੱਕ ਉਹ ਚਾਹ ਗਈ ਸੀ, ਛੇਕੜੀ ਛੇਕੜ ਵਾਲੇ। ਠੀਕ ਹੈ। ਮੇਰਾ ਫੈਸਲਾ ਜੀ। ਠੀਕ। ਉਹਨਾਂ 'ਚ ਸਾ ਕੋਈ ਫੈਸਲਾ ਕਬੂਲ ਮਨਜ਼ੂਰ ਹੈ। ਠੀਕ ਹੈ। ਉਹ ਅੱਗੇ ਵੱਲ ਤਿਆਰ ਥੀ, ਉਹ ਸੀ ਚਾਰ ਤਿਆਰ ਥੀ ਗਏ, ਉਹਨੇ ਇਵੇਂ ਤੀਰ ਸੱਟੇ, ਆਪਣੇ ਜ਼ੋਰ ਲਾ ਤੇ ਉਹ ਚਾਰੇ ਭੱਜ ਪੈਣ, ਊਂ ਦੇਗੜਾ ਵਿੱਚ ਰੱਖੇ, ਡੰਡਕਾ ਵਿੱਚ ਰੱਖੇ, ਗੁਥਲੀ ਵਿੱਚ ਰੱਖੀ, ਉਡਣ ਕਟੋਰੇ ਕੋਲ ਸਾਰੀ ਉਹਨਾਂ ਕੋਲ ਡਿਟੇਲ ਨੂੰ ਪੁੱਛ ਗਈ ਵੀ ਇਹ ਕਿਵੇਂ ਚੱਲਦੇ, ਕਿਵੇਂ ਬਣਦੇ। ਠੀਕ ਹੈ। ਉਹ ਆ ਕੇ ਚੱਲ ਪਈ ਉਡਣ ਕਟੋਰੇ। ਅੱਛਾ। ਉਹ ਜਿਹੜਾ ਤੀਰ ਚਾਹ 'ਤੇ ਆਇਆ ਊਂ ਡਿੱਠਾ ਜਲੇ, ਨਾ ਕੋਈ ਉਡਣ ਕਟੋਰਾ, ਨਾ ਸਮਾਂ। ਠੀਕ ਹੈ। ਨਾ ਬਾਤ। ਠੀਕ ਹੈ। ਉਹ ਆਖਿਆ ਵੀ ਅੱਗੇ ਤਾਂ ਚਾਰ ਚੀਜ਼ਾਂ ਹਨ, ਅਸਾਂ ਚਾਰ ਭਿਰਾਸ ਹੈ, ਹੁਣ ਇੱਕ ਘੋੜਾ ਹੈ, ਇਹ ਕੋ ਅਸਾਂ ਕਿਵੇਂ ਹਿੱਸੇ ਕਰੇ ਸੋ? ਸਹੀ। ਇਹ ਮੈਂ ਘਿਣ ਵੰਜਾਂ ਵੱਲ ਪਿਛਲੇ ਜਿਵੇਂ ਉਹ ਘੋੜੇ ਚੜ੍ਹਦਾ ਉਹ ਮੂੰਹ ਕਰ ਗਿਆ, ਤ੍ਰੈ ਜਹਿਆਂ ਪਿੱਛੋਂ ਆਏ ਉਹ ਸੀ ਵੱਲ ਬਦ ਦੁਆਈ ਦੇਵੇਨ, ਉਹ ਆਖਣ ਉਹ ਸਾਡਾ ਭਿਰਾ, ਚਲੋ ਉਹ ਘੋੜਾ ਕਿਹੜੀ ਸਫ਼ਰ ਕਰੂੰਗਾ, ਕੁਛ ਥੱਕ ਪਵਿਆ ਉੱਥੇ ਬਹਿ ਵੰਜਿਆ, ਜਦੋਂ ਵੀ ਅਵਲ ਥੱਕ ਪਵਿਆ ਉਹ ਚੜ੍ਹ ਪਿਆ ਬੰਦ ਕਰੇਂਦਾ ਅਸੀਂ, ਚਲੋ ਜਿਵੇਂ ਮਤਲਬ ਇੱਕ ਦੂਜੇ ਦੇ ਸਹਾਰੇ ਨਾਲ ਪੁੱਜੂ ਹਾਂ,
ਉਹ ਹਰ ਸ਼ੈ ਪਾਣੀ ਸ਼ਾਣੀ ਦਾ ਇੰਤਜ਼ਾਮ ਆ, ਉਹ ਹਰ ਸ਼ੈ ਗਿਣ ਗਿਆ। ਬਾਦਸ਼ਾਹ ਚਲੋ ਜਿਵੇਂ ਆਈ ਉਹ ਆਪਣਾ ਵਕਤ ਗੁਜ਼ਰਨ ਦੇ ਪੈਣ, ਉਡਣ ਕਟੋਰੇ ਵਾਲਾ ਕਿੱਥੇ ਆਬਾਦੀ 'ਚ ਵੰਜ ਵੜਿਆ ਜਲੇ ਤਾਂ ਸ਼ਾਮ ਥੀਂਦੀ ਪਈ ਆਈ, ਇੱਕ ਝੋਪੜੀ ਜਿਹੀ ਨਜ਼ਰੇ ਉਸ ਉੱਥਾਂ ਹੀ ਊਂ ਅਸੀਂ ਉਡਣ ਕਟੋਰੇ ਕੋਲ ਲਾ ਦਿੱਤਾ। ਠੀਕ ਹੈ ਆਵਾਜ਼ ਨਹੀਂ ਤੁਸ ਉਹ ਬਈ ਘਰ ਵਾਲਾ ਬਾਹਰ ਨਿਕਲ, ਮਾਈ ਇੱਕ ਬੁੱਲੀ ਜੀ ਬਾਹਰ ਨਿਕਲੀ, ਬਈ ਅੱਬਾ ਕੌਣ ਹੈ ਮੇਰੇ ਤਾਂ ਇੱਕ ਨਿਗਾਹ ਕੰਮ ਨਹੀਂ ਕਰਨ ਦੀ, ਉਹ ਆਖਿਆ ਮੈਂ ਪਰਦੇਸੀ ਹਾਂ। ਠੀਕ ਹੈ ਅਤੇ ਤਰੇਹ ਲੱਗੀ ਪਾਣੀ ਪੀਵਣੇ, ਸੱਚ ਉਹ ਆਖਿਆ ਪਾਣੀ 125,000 ਪਾਣੀ ਆ ਮੇਰਾ ਪੁੱਤਰ, ਉਹ ਪਾਣੀ ਗਈ ਅੰਦਰੋਂ ਗਿਣ ਆਈ, ਉਹ ਪਾਣੀ ਪਿਲਾਇਆ, ਊ ਹੂੰ ਗੁੱਥਲੀ 'ਚੋਂ ਮੁੱਠ ਪੈਸਿਆਂ ਦੀ ਗੁੱਥਲੀ ਦੇ ਵਿੱਚ ਪਾ ਦਿੱਤੀ। ਠੀਕ ਮੂੰਗਰੇ 'ਚ ਪਾ ਦਿੱਤੀ, ਮੂੰਗਰੇ 'ਚ ਪਾ ਦਿੱਤੀ। ਊਂ ਜਲੇ ਪੈਸੇ ਡਿੱਠੇ ਲਾਲਚ ਬੁਰੀ ਬਲਾ ਹੈ, ਊਂ ਆਖਿਆ ਪੁੱਤਰ ਤੂੰ ਕੌਣ ਹੈ ਕਿੱਥੋਂ ਆਉਂਦਾ ਪਏ ਕਿੱਥ ਵੈਸੇ, ਊਂ ਆਖਿਆ ਮੈਂ ਪਰਦੇਸੀ ਹਾਂ, ਮੇਰਾ ਨਾ ਕੋਈ ਘਰ ਨਾ ਕੋਈ ਬਾਹਰ, ਮੈਂ ਸਫ਼ਰ 'ਚ ਹਾਂ ਅਤੇ ਰਹਿੰਦਾ ਪਿਆ ਜਿੱਥਾਂ ਹੈ ਨਸੀਬ 'ਚ। ਊਂ ਆਖਿਆ ਬਾ ਰਾਤ ਪਾਉਂਦੀ ਪੀਏ ਤੂੰ ਕਿਤੇ ਨਾ ਵੰਜ, ਰਾਤ ਮੇਰੇ ਕੋਲ ਗੁਜ਼ਾਰ, ਮੈਂ ਵੀ ਤੇਰੀ ਮਾਵਾਂ ਪਜਾ ਹਾਂ ਅਤੇ ਲੰਗਰ ਪਾਣੀ ਜਿਹੜਾ ਮੈਂ ਖਾਸਾ ਤੇ ਕੋਈ ਮਿਲ ਗਿਆ। ਠੀਕ ਹੈ ਸਵੇਰੇ ਚਲਾ ਵੰਜ, ਸਹੀ ਉਹ ਰਾਤ ਉਹਦੇ ਕੋਲ ਰਹਿ ਪਿਆ, ਰਾਤ ਦੇ ਮੈਂ ਹਾਲ ਹਵਾਲ ਗੁਜ਼ਾਰਿਆ ਅਤੇ ਉਹਦੇ ਕੋਲ ਪੁੱਛੁਸ ਇਹਦਾ ਹੂੰ ਮੈਂ ਡਿੱਠੇ ਇਹ ਬੜੇ ਉੱਚੇ ਦਰਖਤ ਨੇ ਇੱਕ ਹਵੇਲ ਕੋਟ ਵੱਲਿਆ ਹੋਇਆ ਇਹ ਕੀ ਹੈ, ਉਹ ਆਖਿਆ ਬਾ ਇਹ ਪਰਲੇ ਪਾਸੂ ਸ਼ਹਿਰ ਹੈ, ਇਹ ਬਾਦਸ਼ਾਹ ਦੀ ਧੀ ਰਹਿੰਦੀ ਹੀ ਹਵੇਲ ਦੇ ਵਿੱਚ ਅਤੇ ਇਵੇਂ ਬਾਗ ਹੈ ਇਵੇਂ ਗਾਲ ਹੈ, ਇਹ ਊਂ ਬਾਦਸ਼ਾਹ ਦੀ ਧੀ ਹੈ, ਇਹਦੇ ਫੌਜ ਭਾਰਤ ਹੈ, ਇਹਦੇ ਵੱਲ ਕੋਈ ਇਵੇਂ ਹੱਥ ਕਰੇ ਤਾਂ ਬਾਦਸ਼ਾਹ ਬੜਾ ਜ਼ਾਲਮ ਹੈ ਉਹਦਾ ਹੱਥ ਕਟਾ ਗਿੰਦੇ, ਜਿਹੜਾ ਇਵੇਂ ਦੇਖੇ ਅੱਖੀਂ ਕਢਾ ਗਿੰਦੇ। ਉਹ ਆਖਿਆ ਕਿਉਂ ਵੀ ਉਹ ਇਤਨੀ ਕੋਈ ਹਸੀਨ ਸੋਹਣੀ ਹੈ ਜੇ ਕੋਈ ਇਤਨੇ ਪਰਦੇ 'ਚ ਰੱਖੀ ਖੜੇ ਬਾਦਸ਼ਾਹ, ਅਤੇ ਉਹ ਆਖਿਆ ਜੇ ਆ ਇਹ ਸਵੇਰੇ 5 ਫੁੱਲਾਂ ਨਾਲ ਤੁਲਦੀ ਹੈ। ਠੀਕ ਹੈ ਰੋਜ਼ਾਨਾ ਉਹ ਨੁਕਰਾਣੀ ਦਿੰਦੀ ਹੈ, ਬਾਦਸ਼ਾਹ ਰੋਜ਼ ਪੁੱਛਦੇ ਹਾਂ ਵੀ ਕਿਤੀ ਫੁੱਲ ਚੜ੍ਹਨ ਕੇ 5। ਠੀਕ ਬਾਲ ਇਵੇਂ ਕੋਈ 2-4 ਡੀਹਾਂ ਹਫ਼ਤੇ ਦੇ ਅੰਦਰ ਇੱਕ ਵਾਰੀ ਬਾਦਸ਼ਾਹ ਖੁਦ ਮੰਨਤੇ ਛਾਪਾ ਮਾਰਦੇ, ਚੱਲੇ ਉਹ ਤੁਲਦੀ ਪਈ ਆਉਂਦੀ। ਠੀਕ ਬਈ ਮਤਾ ਇਹ ਕੋਈ ਫਰਾਡ ਕੀਤੀ ਖੜੀ ਹੋਵੇ। ਸਹੀ ਊਂ ਦਿਲ ਸੋਚਾ ਬਾਦਸ਼ਾਹ, ਉਹਦੇ ਨਾਂ ਲਾਲ ਬਾਦਸ਼ਾਹ ਹੀ। ਠੀਕ ਹੈ ਲਾਲ ਬਾਦਸ਼ਾਹ ਨੇ ਸੋਚਾ ਕਿ ਬਈ ਇਹ ਊਹਾ ਸ਼ਹਿਜ਼ਾਦੀ ਜਿਹੜੀ ਮੇਰੇ ਕੋਲ ਖਾਬ ਹੈ। ਠੀਕ ਹੈ ਗੱਲ ਹੀ ਮੈਂ ਬਰਾਬਰ ਨਾਲ ਟੱਕਰੇ। ਸਹੀ ਉਹ ਰਾਤ ਉੱਥੋਂ ਗੁਜ਼ਾਰੇ ਉਸ, ਜਿਸ ਵੇਲੇ ਅੱਧੀ ਰਾਤ ਥਈ ਸਹੀ ਉਹ ਉਡਾਣ ਕਟੋਰੇ 'ਤੇ ਬੈਠਾ ਤੇ ਮਕਾਨ ਪਹੁੰਚ ਗਿਆ, ਮਕਾਨ 'ਤੇ ਪਹੁੰਚ ਗਿਆ ਥੱਲੇ ਲੱਥਾ ਮੰਜੇ ਸ਼ਹਿਜ਼ਾਦੀ ਬੇਖੌਫੀ ਸੁੱਤੀ ਪਈ ਆਈ ਕੱਲੀ ਆਈ। ਊਂ ਆਖਿਆ ਨਿੰਦਰੇ 'ਚ ਹੈ ਮੈਂ ਕੁਝ ਜਗਾਵਾਂ, ਇਹ ਕੋਈ ਪਤਾ ਹੈ ਵੀ ਆ ਬੰਦਾ ਮੇਰੇ ਕੋਲ ਕੋਈ ਕਹਿ ਨਹੀਂ, ਇਹ ਸ਼ੋਰ ਮਚਾ ਦੇਵੇ ਬਾਹਰੋਂ ਫੌਜ ਪਾ ਰਹੇ ਤੇ ਹੈ ਮੈਂ ਫਸ ਹੋਏ ਸਾਂ। ਸਹੀ ਮੈਂ ਇਵੇਂ ਕਰਾਂ ਹੁੰਦਾ ਰੁਮਾਲ ਜਾਂ ਮੁੰਦਣਾ ਹੱਥ ਡਿੱਠੋਸ, ਉਹ ਮੁੰਦਣਾ ਲਹਾ ਅਤੇ ਆਪਣੇ ਹੱਥੇ ਪਾ ਗਿਦੋਸ, ਆਪਦਾ ਹੁੰਦੇ ਹੱਥ ਪਾ ਦਿੱਤੋ। ਸਵੇਰੇ ਦੇਖ ਸੀ ਵੱਲ ਵੱਲ ਦੀ ਰਾਤ ਆ ਸੀ। ਠੀਕ ਹੈ ਵਾਪਸ ਆ ਗਿਆ ਵੱਲ ਉਹ ਆ ਤੇ ਸਮ ਗਿਆ ਸਹੀ ਬੁੱਢੀ ਕੁ ਤਾਂ ਪਤਾ ਕਹਿਣਾ। ਸਹੀ ਸਵੇਰੇ ਉੱਠਿਆ ਜਿਸ ਵੇਲੇ ਆਪਣਾ ਹਾਲ ਵਾਲ ਉਹ ਨੁਕਰਾਣੀ ਆਈ ਜਲੇ ਤਾਂ ਫੁੱਲ ਇੱਕ ਉੱਤੇ ਚੜਿਆ, 6 ਫੁੱਲ ਚੜ ਗਏ। ਠੀਕ ਹੈ ਨੁਕਰਾਣੀ ਨੇ ਪੁੱਛਿਆ ਬੀਬੀ ਫੁੱਲ ਵਾਫਰ ਥੀ ਗਏ ਬਾਦਸ਼ਾਹ ਦਾ ਹੁਕਮ ਹੈ। ਊਂ ਆਖਿਆ ਮੈਂ ਤੇਰੀ ਮਿਹਨਤ ਕਰਨੀ ਆ ਕਿ ਇਹ ਫੁੱਲ ਬਾਦਸ਼ਾਹ ਕੋ ਨਹੀਂ ਦੱਸੋ, ਇਹ ਗੱਲ ਜ਼ਾਹਿਰ ਨਾ ਕਰ, ਹਿੰਦੂ ਤੇ ਪਰਦਾ ਦੇ। ਠੀਕ ਹੈ ਮੈਂ
ਕੁਝ ਨਹੀਂ ਜਾਣਦੀਆਂ ਇਹਦੇ ਬਾਰੇ। ਸਹੀ ਹੈ, ਮੈਂ ਨਿੰਦਰੇ ਛਮ ਕੋਈ ਬੰਦਾ ਆਏ ਮੇਰਾ ਮੁੰਦਣਾ ਜਿਹੜਾ ਬਦਲਾ ਕਰੇ। ਸਹੀ ਹੈ, ਬੰਦਾ ਠੀਕ ਹੈ ਲੇਕਿਨ ਮੈਂ ਨਿੰਦਰੇ ਛਮ ਮੈਨੂੰ ਨਹੀਂ ਪਤਾ ਕੌਣ, ਮੈਨੂੰ ਨਹੀਂ ਪਤਾ। ਸਹੀ ਹੈ, ਮੈਨੂੰ ਨਹੀਂ ਪਤਾ। ਠੀਕ, ਚਲੋ ਬਾਦਸ਼ਾਹ ਕੋ ਮੰਚ ਦੱਸਿਆ। ਠੀਕ ਹੈ, ਅਸੀਂ ਉਹ ਪੰਜ ਫੁੱਲ ਚੜੇ। ਠੀਕ ਹੈ ਬਈ, ਰਾਤ ਜਲ ਗਿਆ ਵਾਲੋ ਨਿੰਦਰ 'ਚ। ਅੱਛਾ, ਕਿ ਉਹ ਤਾਂ ਗਿਆ ਨਾ 12 ਵਜੇ ਆਪਦੇ ਟਾਈਮ ਕਬੂਲੀ ਸੁਣ ਵਜੇ ਤੇ ਵੱਲ ਮੈਂ ਵਜਾਂ ਬਈ, ਇਹਨੂੰ ਨਾ ਪਤਾ ਲੱਗੇ। ਸਹੀ, ਇਹਨੂੰ ਪਤਾ ਨਾ ਲੱਗੇ। ਸਹੀ, ਸੁਣ ਸੀ। ਅੱਛਾ ਬਸ ਬਸ, ਛੋੜ ਦਿਓ ਛੋੜ ਦਿਓ, ਕੋਈ ਛੋੜ ਦਿਓ, ਪਤਾ ਨਾ ਲੱਗੇ। ਸਹੀ, ਦੂਜੀ ਵਾਰੀ ਜਸ ਲੱਗਿਆ ਤਾਂ ਸ਼ਹਿਜ਼ਾਦੀ ਵੱਲ ਨਿੰਦਰੇ ਛਾਈ। ਸਹੀ, ਉਹਨੇ ਇਵੇਂ ਕੀਤਾ, ਉਹਦਾ ਰੁਮਾਲ ਚਾਹੀਏ, ਆਪਦਾ ਰੁਮਾਲ ਉੱਥੇ ਰੱਖਿਆ ਆਇਆ। ਸਹੀ, ਸੁਣ ਸੀ, ਵੱਲ ਉਹ ਵਾਪਸ ਆ ਗਿਆ। ਸਹੀ, ਹੁਣ ਕੋਈ ਜਗਾਇਆ ਸੁਣਾ ਜੀ ਬਈ, ਇਹ ਡਰ ਨਾ ਮੰਨੇ, ਸ਼ੋਰ ਨਾ ਕਰ ਦੇਵੇ। ਚਲੋ ਬਈ, ਸਵੇਰੇ ਫੁੱਲ ਵੀ ਆਵਾ ਫਿਰ ਠੀਕ ਗਿਆ, 7 ਫੁੱਲ ਚੜ ਗਏ। ਠੀਕ ਹੈ, ਨੁਕਰਾਣੀ ਨੇ ਆਖਿਆ ਬਸ ਮੈਂ ਇੱਕ ਦਿਨ ਦਾ ਪਰਦਾ ਦਿੱਤੇ, ਹੋ ਸਕਦੇ ਸਵੇਰੇ ਬਾਦਸ਼ਾਹ ਛਾਪਾ ਲਾ ਦੇਵੇ। ਸਹੀ, ਮੈਂ ਜਵਾਬ ਕਿਆ ਦੇ ਸੀ। ਸਹੀ, ਮੇਰੇ ਤੋਂ ਬਾਦਸ਼ਾਹ ਮਾਰ ਰਹੇ ਸੀ। ਸਹੀ, ਤੁਸਾਂ ਇਹਦਾ ਜਿਹੜਾ ਜਵਾਬ ਖੁਦ ਲੈ ਸੀ। ਠੀਕ ਹੈ, ਉਹ ਆਖਿਆ ਤੂੰ ਇਵੇਂ ਮਿਹਰਬਾਨੀ ਕਰ, ਠੀਕ ਹੈ ਅੱਜ ਤੂੰ ਇਹ ਗੱਲ 'ਤੇ ਪਰਦਾ ਦੇ। ਠੀਕ ਹੈ, ਸੁਣੀ, ਮੈਂ ਇਨਸ਼ਾ ਅੱਲਾ ਇਹਦਾ ਹੱਲ ਜਿਹੜਾ ਨਾ ਸਵੇਰੇ ਕੱਢ ਗਈ। ਸਹੀ ਹੈ, ਤ੍ਰੀਜੀ ਰਾਤ ਜਿਸ ਵੇਲੇ ਲਾਲ ਬਾਦਸ਼ਾਹ ਆਇਆ ਵੱਲ ਉਹ ਨਿੰਦਰ 'ਚ। ਠੀਕ ਹੈ, ਉਹ ਆਖਿਆ ਆ ਲਾਲ ਬਾਦਸ਼ਾਹ ਗਾਲੀ ਮੈਂ ਉਹਨੀ ਕੋਈ ਜਗ੍ਹਾ ਤਾਂ ਨਾ ਮਤਾ ਸ਼ੋਰ ਕਰ ਦੇਵੇ ਅਤੇ ਫਸ ਹੋਏ ਸੀ, ਅਤੇ ਸ਼ਹਿਜ਼ਾਦੀ ਦਾ ਹੱਕ ਬਣਦਾ, ਮੈਂ ਪਹਿਲੀ ਰਾਤ ਆਇਆ, ਇਹ ਕੋਈ ਨਿੰਦਰ ਨਾ ਆਉਣੀ ਚਾਹੀਦੀ ਹੈਗੀ, ਪਰ ਜਿਹੜਾ ਕੁਝ ਮੈਂ ਸਮਝੇ ਉਹ ਸ਼ਾਇਦ ਕਹਿਣ। ਠੀਕ ਹੈ, ਅੱਛਾ ਵੱਲ ਦਲੀਲ ਕਿਤੋਂ, ਚਲੋ ਇੱਕ ਮੌਕਾ ਵੱਲ ਦਿੱਤੀ ਵੇ ਨਾ, ਉਹਦਾ ਜੁੱਤੀ ਦਾ ਪੌਲਾ ਚਾਤੀ ਗਿਆ, ਸ਼ਾਇਦ ਮੁੰਦਣਾ ਨਾ ਲਿਠਾ ਹੋਵੇ, ਰੁਮਾਲ ਵੀ ਨਾ ਲਿਠਾ, ਰੁਮਾਲ ਦਾ ਰੁਮਾਲ ਹੈ। ਸਹੀ ਹੈ, ਅਤੇ ਸ਼ਹਿਜ਼ਾਦੀ ਨਾ ਇਹ ਪਾਸੇ ਸਮਝ ਆਈ ਹੋਵੇ, ਜੁੱਤੀ ਦਾ ਪੌਲਾ ਜੋ ਬਦਲਾ ਆਵੇ ਸਾਂ, ਵੱਲ ਤਾਂ ਪਤਾ ਲੱਗ ਸੀ ਬਿਲਕੁਲ, ਇਹ ਫਰਕ ਵੀ ਹੈ ਅਤੇ ਜੁੱਤੀ ਵੀ ਬਦਲ ਵਜੇ ਤਾਂ ਪਤਾ ਲੱਗ ਪੈਂਦੇ ਪੇਰ ਕੋ। ਸਹੀ ਹੈ, ਪੌਲਾ ਬਦਲਾ ਤੇ ਗਿਆ ਪਿਆ। ਸਵੇਰੇ ਉੱਠੀ ਸ਼ਹਿਜ਼ਾਦੀ, ਤੁਲਦੀ ਪਈ ਬਾਦਸ਼ਾਹ ਛਾਪਾ ਲਾ ਲਿਤਾ ਮੌਕੇ ਤੇ। ਠੀਕ ਹੈ, ਗੱਲ ਫਾਸ਼ੇ ਥੀ, ਸ਼ਹਿਜ਼ਾਦੀ ਕੋ ਪੁੱਛੋ, ਹਾਂ ਬਈ ਨੁਕਰਾਣੀ ਤਾਂ ਮੇਰੇ ਕੋ ਨਹੀਂ ਦੱਸਿਆ, ਉਹ ਆਖਿਆ ਬਈ ਮੇਰੇ ਕੋ ਸ਼ਹਿਜ਼ਾਦੀ ਨੇ ਆਖੇ ਮੇਰੇ ਐਪ ਤੇ ਪਰਦਾ ਦੇ। ਠੀਕ ਹੈ, ਸ਼ਹਿਜ਼ਾਦੀ ਕਿਉਂ, ਉਹ ਆਖਿਆ ਅੱਬਾ ਹਜ਼ੂਰ ਗਾਲੀ ਮੈਂ ਇਹ 3 ਰਾਤੀ ਥੀ ਗਏ, ਬੰਦਾ ਆਉਂਦੇ ਸਹੀ, ਮੇਰਾ ਰੁਮਾਲ ਬਦਲਾਇਆ, ਮੁੰਦਣਾ ਬਦਲਾਇਆ, ਜੁੱਤੀ ਦਾ ਪੇਰ ਬਦਲਾ ਗਏ, ਮੈਂ ਹੁਣ ਦੀ ਸ਼ਕਲ ਨਹੀਂ ਡਿੱਠੀ, ਕੌਣ ਹੈ, ਕਿੱਥੋਂ ਆਏ, ਕਿਵੇਂ ਆਉਂਦੇ, ਕਿਆ ਮਤਲਬ ਵਾਸਤੇ ਆਉਂਦੇ। ਸਹੀ ਹੈ, ਅਗਰ ਮੈਂ ਉਹ ਬੰਦੇ ਕੋ ਅੱਬਾ ਹਜ਼ੂਰ ਡਿੱਠਾ ਹੋਵੇ ਅੱਗੇ ਇਵੇਂ ਹੱਦ ਚਾਵੇ ਨਹਾ ਤਾਂ ਉਹ ਕੰਮ ਥੀ ਵੈਂਦਾ, ਮੈਂ ਅੱਖੀ ਤੋਂ ਨਬੀ ਨਹੀਂ ਥੀ ਵਜਾਂ। ਠੀਕ ਹੈ, ਅੱਛਾ ਠੀਕ ਹੈ, ਤੇਰੀ ਗੱਲ 'ਤੇ ਮੇਰੇ ਕੋਈ ਇਤਬਾਰ ਹੈ। ਸਹੀ, ਬਹਰਹਾਲ ਉਹਨੇ ਨੌਕਰਾਂ ਨੂੰ ਸੱਦਿਆ, ਉਹ ਆਖੀ ਇਵੇਂ ਕਰੋ, ਇਹ ਮਹਿਲ ਦੇ ਨਾਲ ਜਿੱਥੋਂ ਇਹ ਲਾਂਦੇ ਇੱਥੇ ਹੀ ਕਰ ਖੱਡਾ ਲਾ ਦਿਓ। ਸਹੀ ਠੀਕ ਹੈ ਬਈ, ਸਹੀ ਖੱਡਾ ਲੱਗ ਗਿਆ, ਖੱਡਾ ਲੱਗ ਗਿਆ ਸੀ ਕਿ 10-11-12 ਫੁੱਟ ਦਾ ਖੱਡਾ ਲੱਗ ਗਿਆ, ਉਹਦੇ ਵਿੱਚ ਅਸੀਂ ਉਹਨਾਂ ਤੇਲ ਨਾਲ ਭਰ। ਠੀਕ ਹੈ,
ਠੀਕ ਹੈ, ਉਹ ਖੱਡੇ ਨੂੰ ਤੇਲ ਨਾਲ ਭਰ ਲਿਆ, ਭਰ ਲਿਆ, ਠੀਕ ਹੈ, ਹੁਣ ਦੇ ਵਿੱਚ ਅਤਰ ਵੀ ਛਿਣਕਾ ਲਿਆ ਕਿ ਵੀ ਜਿਹੜਾ ਬੰਦਾ ਇੱਥਾਂ ਆ ਸੀ ਨਾ, ਸਹੀ, ਤਾਂ ਉਹਦੀ ਅਤਰ ਦੀ ਖੁਸ਼ਬੂ ਮਹੀਨਾ ਨਾ ਮਈ, ਸਹੀ, ਠੀਕ ਹੈ ਸੀ, ਉਹ ਸੀ ਤਿਆਰ ਥੀ ਗਿਆ। ਰਾਤ ਕੁ ਜਿਸ ਵੇਲੇ ਲਾਲ ਬਾਦਸ਼ਾਹ ਆਇਆ, ਉਹ ਤਾਂ ਬੇਖੌਫ ਲਾਂਦਾ ਉੱਥੋਂ, ਸਹੀ ਹੈ, ਉਹ ਤਾਂ ਲੱਥਾ ਡੇ ਹੂੰ ਖੱਡੇ ਦੇ ਵਿੱਚ, ਸ਼ਹਿਜ਼ਾਦੀ ਜਿਹੜੀ ਉਹ ਵੱਲ ਦਾ ਸੁੱਤੀ, ਉਹ ਆਖਿਆ ਜੇ ਬਈ ਬੰਦਾ ਬਾਹਰ ਵੈਸੀ ਆ, ਸਹੀ, ਬਸ ਜਲਦੀ ਨਾਲ ਉਹ ਬੰਨੀ ਉਹਦਾ ਹੱਥ ਪਕੜਦੇ ਉਹ ਕੋ ਬਾਹਰ ਕੱਢਿਆ। ਉਹਨੇ ਆਖਿਆ ਸ਼ਹਿਜ਼ਾਦੀ ਗਾਲੀ ਮੈਂ ਤੇਰੀ ਬੜੀ ਮਿਹਰਬਾਨੀ, ਤਾਂ ਇਹਨੇ ਮੇਰੇ ਕੋ ਮੇਰੀ ਜ਼ਿੰਦਗੀ ਬਚ ਗਈ, ਸਹੀ, ਮੈਂ ਹੁਣ ਵਾਪਸ ਵੇਨਾ, ਸਹੀ, ਕੱਲ੍ਹ ਰਾਤ ਇਨਸ਼ਾਅੱਲਾ ਮੈਂ ਤੇਰੇ ਕੋਲ ਹਾਜ਼ਰ ਸੀ। ਉਹ ਆਖਿਆ ਨਾ, ਮੈਂ ਆਪਣੇ ਅੱਬੇ ਹਜ਼ੂਰ ਨਾਲ ਇਹ ਵਾਅਦਾ ਕੀਤੇ, ਜਿਹੜਾ ਇਹ ਚੋਰ ਹੈ, ਸਹੀ, ਮੈਂ ਜਿਸ ਵੇਲੇ ਉਹ ਪਕੜਿਆ ਤੇਰੇ ਪੇਸ਼ ਕਰਿਆ ਸੀ, ਠੀਕ ਹੈ, ਉਹ ਆਖਿਆ ਨਾ ਮਿਹਰਬਾਨੀ ਕਰ, ਈ ਆਪਣੇ ਫੈਸਲੇ ਕੋ ਕੈਸਲ ਕਰ, ਮੇਰੀ ਮਨ ਮੇਰੇ ਕੋ ਛੋੜ ਲੈ, ਮੈਂ ਈ ਹਾਲਾਤ ਨਾਲ ਬਾਦਸ਼ਾਹ ਦੇ ਪੇਸ਼ ਨਹੀਂ ਥੀ, ਠੀਕ ਹੈ, ਕੱਲ੍ਹ ਤੋਂ ਮੈਂ ਕਰ, ਠੀਕ ਹੈ, ਠੀਕ ਹੈ, ਉਹ ਛੋੜ ਲਿਤਾ, ਚਲੋ ਉਹ ਮਰਦ ਹੀ ਔਰਤ ਹੈ, ਉਹ ਕੋਈ ਜ਼ਬਰਨੇ ਹੀ ਉਹ ਭੱਜ ਤੇ ਆਪਣਾ ਉਹ ਲੈਣ ਦੀ ਰੋਤੇ ਬੈਠਾ ਚਲਾ ਗਿਆ। ਸਵੇਰੇ ਬਾਦਸ਼ਾਹ ਆਇਆ, ਉਹ ਪੁੱਛਿਆ ਸ਼ਹਿਜ਼ਾਦੀ ਬੰਦਾ ਤਾਂ ਆਏ, ਸਹੀ, ਉਹ ਆਖਿਆ ਬਿਲਕੁਲ ਅਬਾਸੂਲ ਬੰਦਾ ਵੀ ਆਏ, ਮੈਂ ਉਹ ਬਹਿਰ ਵੀ ਕੱਢੇ, ਲੇਕਿਨ ਮੇਰੇ ਕੋਲ ਜ਼ਬਰਦਸਤੀ ਭੱਜ ਗਈ, ਠੀਕ ਹੈ, ਇਹ ਮੇਰੇ ਕੋਲ ਆਖਿਆ ਸੀ ਮੈਂ ਵਲਦੀ ਰਾਤ ਆ, ਠੀਕ ਹੈ, ਉਹ ਆਖਿਆ ਰਾਤ ਦਾ ਇੰਤਜ਼ਾਮ ਉਹ ਤੇ ਜਾਸਾ ਲੈ ਗਏ, ਬੰਦਾ ਨਿਕਲ ਪਏ ਸੀ, ਉਹਨੇ ਹੂੰ ਵਾਲੇ ਨੌਕਰ ਚਾਕਰ ਕੋ ਆਰਡਰ ਦਿੱਤਾ, ਉਹ ਆਖਿਆ ਪੂਰੇ ਕਸਬੇ ਦੀ ਤਲਾਸ਼ ਕਰ ਲਓ, ਉਹ ਕੱਪੜੇ ਹੁੰਦੇ ਨਹੀਂ ਲੁਕ ਸਕਦੇ, ਸਹੀ, ਤੇਲ ਵਾਲੇ, ਤੇਲ ਉਹ ਰਾਤ ਦਾ ਵੰਜਦੇ ਧੋਬੀ ਯਾਰ ਹੈ, ਉਹ ਵੰਜਦੇ ਜੋੜਾ ਲਈ ਤੋਂ ਇਹ ਵੀ ਸਵੇਰੇ ਸਹੀ ਉਬਰਾਉਣ ਤੋਂ ਪਹਿਲੇ ਪਹਿਲੇ ਕੱਪੜੇ ਧੋ ਪਾਉਂਦੇ, ਠੀਕ ਹੈ, ਉਹ ਜਿਹੜੇ ਕੱਪੜਿਆਂ ਦੇ ਖੁਸ਼ਬੂ ਡਿੱਠੀ, ਉਹ ਆ ਕੇ ਯਾਰ ਇਹੋ ਰਾਤ ਪਾ ਤੇ ਸੁਮੇ ਨਾ, ਸਵੇਰੇ ਦੋ ਗਿਣ ਸਾ, ਠੀਕ ਹੈ, ਮੈਂ ਕਹਿ ਪੁੱਛਣਾ, ਸਵੇਰੇ ਸੀ ਜਿਸ ਵੇਲੇ ਮਾਰਕਾ ਆਏ, ਉਹ ਆਮਦੇ ਸੁੱਤਾ ਆਵਾਜ਼ ਦਿੱਤਾ, ਉਹ ਬਾਹਰ ਨਿਕਲਿਆ, ਸਹੀ, ਮੈਂ ਕਿਹਾ ਆ ਵੀ ਰਾਤ ਦੇ ਸ਼ਿਕਾਰ ਕਰਨ ਨੇ ਦਿਨ ਦਾ ਸੁਮਨੇ ਸੁਮਦੀ ਆਈ ਦੇ ਜੁਲ ਕਾਕਾ, ਉਹ ਕੋ ਪਕੜ ਦੇ ਬਾਦਸ਼ਾਹ ਕੋਲ ਜਲ ਗਿਣ ਗਏ, ਉਹ ਦਿਲ ਸੋਚਾ ਧੋਬੀ, ਉਹ ਆਖਿਆ ਜੁਰਮ ਮੇਰਾ, ਤੂੰ ਮੇਰੇ ਕੋ ਆਖਿਆ, ਉਹ ਮੇਰੇ ਕੋ ਆਖਿਆ ਕੱਪੜੇ ਧੋ ਰਹੀ ਮੀ, ਤੇ ਇਹ ਜੁਰਮ ਮੇਰਾ ਹੈ, ਹੁਣ ਉਹਦਾ ਜ਼ਿਕਰ ਨਾ ਕਰ, ਹੁਣ ਮੈਂ ਆਪਣੇ ਸਿਰ ਤੇ ਚਾਹ, ਬਾਦਸ਼ਾਹ ਨੇ ਪੁੱਛਿਆ ਹਾਂ ਬਈ, ਉਹ ਆਖਿਆ ਹਜ਼ੂਰ ਮੇਰਾ ਜੁਰਮ ਜੋ ਸਜ਼ਾ ਦੇਵੇ ਮੈਂ ਚਾਹਾਂ ਕੋ ਪਿਆ, ਉਹ ਆਖਿਆ ਵੰਜੋ ਹੀ ਕੋਲ ਹਾਥੇ ਦੇ ਦਿਓ, ਕੱਲ੍ਹ ਹੀ ਕੋ 12 ਵਜੇ ਫਾਂਸੀ ਲੈ ਸਕ, ਠੀਕ ਹੈ, ਧੋਬੀ ਚਕੀਜ ਗਿਆ, 12 ਵਜੇ ਫਾਂਸੀ ਦਾ ਆਰਡਰ ਸਾਰੀ ਦੁਨੀਆ ਸੁਣ ਗਈ, ਦਾ ਹੋਲ ਗਿਆ, ਹੋਲ ਗਿਆ, ਉਹ ਧੋਬੀ ਦੀ ਮਾਂ ਹੈ ਜਿਹੜੀ ਉਹ ਬੰਨੀ ਲਾਲ ਬਾਦਸ਼ਾਹ ਕਿਨੇ ਗਈ, ਕਿਉਂ ਉਹ ਕੱਪੜੇ ਧੁਆਵਣ ਆਉਂਦਾ ਵੇਂਦਾ ਹਾਂ, ਉਹ ਬੁਲੜੀ ਅਤੇ ਉਹ ਧੋਬੀ ਦੀ ਮਾਂ ਉਹ ਭੈਣੀ ਮਨ, ਠੀਕ ਹੈ, ਉਹਨਾਂ ਨੇ ਦੁਹਾਈ ਨੇ ਉਹਦੇ ਅੱਗੇ ਇਲਤਜਾ ਕੀਤੀ, ਸਾਡੇ ਪੁੱਤਰ ਕੋ ਬਚਾ, ਠੀਕ ਹੈ, ਉਹਨਾਂ ਕਿਹਾ ਤੁਸੀਂ ਫਿਕਰ ਨਾ ਕਰੋ, ਮੈਂ ਚਲਾਵੇ ਨਾ, ਸਹੀ ਹੈ, ਤੁਹਾਡਾ ਪੁੱਤਰ ਘਰ ਆਵੇ ਸੀ, ਸਹੀ ਹੈ, ਲੇਕਿਨ ਸਵੇਰੇ ਜਲੇ ਮੇਰੇ ਕੋਲ ਫਾਂਸੀ ਚਾੜ੍ਹਨੇ ਸੀ, ਮੈਂ ਖਤਮ ਥੀ ਵੇ ਸਾਂ, ਮੇਰੀ ਲਾਸ਼ ਤੁਸੀਂ ਘਰ ਗਿਆ ਲਵਾਏ, ਠੀਕ, ਇਹੋ ਡੰਡਕਾ 7 ਚੱਕਰ ਸਿੱਧੇ ਪੁੱਠੇ ਡੇ ਅਤੇ ਮੇਰੇ ਮੱਥੇ ਤੇ ਰੱਖੋ, ਸਮਝ ਦਿੰਦਾ, ਠੀਕ ਹੈ, ਉਹਨਾਂ ਕਿ ਠੀਕ, ਲਾਲ ਬਾਦਸ਼ਾਹ ਪਹੁੰਚ ਗਿਆ, ਬਾਦਸ਼ਾਹ ਦੇ ਪੇਸ਼ ਥੀ ਗਿਆ, ਜਨਾਬ ਤੁਸੀਂ ਮਿਹਰਬਾਨੀ ਕਰੋ, ਧੋਬੀ ਦਾ ਇਹੋ ਜੁਰਮ ਹੈ ਕੱਪੜੇ ਨਹੀਂ ਧੋ, ਬਾਕੀ ਜੁਰਮ ਮੇਰਾ, ਸਹੀ ਹੈ, ਇਹ ਕੋ ਆਜ਼ਾਦ ਕਰੋ, ਮੇਰੇ ਕੋ ਸਜ਼ਾ, ਸਹੀ ਹੈ, ਉਹਨਾਂ ਧੋਬੀ ਕੋ ਪੁੱਛਿਆ, ਉਹਨਾਂ ਕਿਹਾ ਨਾ ਸੀ ਨਾ, ਮੈਂ ਬੰਦੇ ਕੋ ਨਹੀਂ ਜਾਣਨਾ,
ਧੋਬੀ ਨਾਲ ਖੁਦ ਗੱਲ ਕਰਾਂ, ਠੀਕ ਹੈ, ਅਲਹਿਦਾ ਗੱਲ ਕਰਨ। ਉਹਨਾਂ ਕਿਹਾ ਚਲੋ ਠੀਕ। ਉਹ ਗਣ ਗਿਆ, ਉਹ ਆਖਿਆ ਮੀਆਂ ਤੂੰ, ਮੈਂ ਤੇ ਕੋਈ ਮਾਫ਼ ਕੀਤਾ, ਸਹੀ ਹੈ, ਮੈਂ ਤੇ ਕੋਈ ਜੁਰਮ ਮਾਫ਼ ਕੀਤਾ, ਸਹੀ ਹੈ, ਬਾਦਸ਼ਾਹ ਦੇ ਸਾਹਮਣੇ ਆਖਿਆ ਤਾਂ ਮੈਂ ਵਾਅਦੇ ਕਰ ਦੇਣਾ, ਸਹੀ ਹੈ, ਠੀਕ ਹੈ, ਮੈਂ ਕਿ ਤੂੰ ਉੱਥਾਂ ਮੰਨੇ ਦਾ ਨਾ ਪਿਆ ਹੋਵੇ, ਮੈਂ ਤੇ ਕੋਈ ਵਾਸਤੇ ਅਲਾਦਾ ਕੀਤੇ, ਤੂੰ ਮਿਹਰਬਾਨੀ ਕਰ, ਇਹ ਜੁਰਮ ਮੇਰਾ, ਇਹ ਸਜ਼ਾ ਮੈਂ ਭੁਗਤਿਆ ਸੀ, ਮੈਂ ਆਪ ਭੋਗ ਭੁਗੇ ਸਾਂ, ਤੇ ਜਿਹੜੀ ਗੱਲ ਬਾਤ ਹੈ ਮੈਂ ਘਰ ਕਰ ਰਿਹਾ, ਸਹੀ ਹੈ, ਹਾਂ, ਤੁਸੀਂ ਇਵੇਂ ਕਰੇ ਸੋ, ਠੀਕ ਹੈ। ਉਹ ਵੀ ਉਹ ਕੋਈ ਦੱਸ ਲਈ ਤੁਸੀਂ, ਊ ਆ ਤੇ ਬਾਦਸ਼ਾਹ ਦੇ ਕੋ ਮੰਨਿਆ, ਊ ਆ ਕੇ ਠੀਕ ਹੈ, ਅਸੀਂ ਕੱਪੜੇ ਮੇ ਕੋ ਵਾ ਕੇ ਲੈ ਗਏ, ਜੁਰਮ ਮੇਰਾ ਹੈ, ਮੈਂ ਹੀ ਵਾਸਤੇ ਆਪਣੇ ਸਿਰ ਤੇ ਚਾਤੀ ਖੜਾਂ, ਜੋ ਬਈ ਈ ਮੇ ਗਾਲ ਖਰੀ ਦਸੀ, ਠੀਕ ਹੈ, ਬਈ ਕੱਪੜੇ ਧੋ ਲੈ ਵੀ ਰਾਤੋ ਰਾਤ, ਸਹੀ ਹੈ, ਮੈਂ ਨਹੀਂ ਧੋਤੇ, ਇਹ ਜੁਰਮ ਮੇਰਾ ਹੈ, ਮੈਂ ਹੀ ਜੁਰਮ ਦੇ ਵਿੱਚੋਂ ਆਪਣੀ ਫਾਂਸੀ ਕਬੂਲ ਕਰਨ ਦਾ ਪਿਆ, ਸਹੀ ਹੈ, ਬਾਕੀ ਜੁਰਮ ਮੇਰਾ ਨਹੀਂ, ਸਹੀ ਹੈ। ਊ ਆ ਕੇ ਠੀਕ ਹੈ ਬਈ, ਇੰਦੀ ਹੱਥ ਕੜੀ ਖੋਲੋ, ਊ ਕੋ ਲਾ, ਊ ਕੋ ਲਾ ਤੇ ਢੱਕ ਦੇ ਦੋਨੇ, ਇਹ ਘਰ ਆ ਗਏ, ਅਗੋ ਰਾਤ ਗੁਜ਼ਰੀ, ਸਵੇਰੇ ਨੀਂਦ ਥੀਆ, ਉਹ ਕੋ ਫਾਂਸੀ ਜਲੇ ਉਹਨਾਂ ਲਾਈ, ਉਹ ਦੂਹੇ ਮਾਇਆ ਵੀ ਤੇ ਉਹ ਧੋਬੀ ਵੀ ਆ ਗਏ। ਉਹਨਾਂ ਕਿਹਾ ਬਾਦਸ਼ਾਹ ਸਾਡਾ ਇਹ ਮਹਿਮਾਨ ਆਈ, ਅੱਲਾ ਜਾਣਦੇ ਕਿੱਥੋਂ ਦਾ ਕਿੱਥੋਂ ਦਾ ਨਹੀਂ, ਸਾਡੇ ਕੋਲ ਦੂ ਦਿਹਾੜੇ ਰਹੇ, ਸਭ ਕੋਈ ਇਹ ਕਿਰਦਾਰ ਦਾ ਪੱਤਾ ਕਹਿਣਾ ਹੈ, ਠੀਕ ਹੈ, ਠੀਕ ਹੈ, ਇਹ ਹੂੰ ਵਾਲੇ ਰਾਜ ਖੁੱਲ੍ਹੇ ਜਿਸ ਵੇਲੇ ਮੈਂ ਕੋ ਤਾਂ ਢੱਕੇ, ਠੀਕ ਹੈ, ਬਾਕੀ ਅੱਗੇ ਕੋਈ ਪਤਾ ਕਰਨਾ, ਤੂੰ ਮਿਹਰਬਾਨੀ ਕਰ, ਇਹ ਲਾਸ਼ ਸਾਹ ਕੋ ਲੈ ਜਾ, ਅਸਾਂ ਇਹਦਾ ਖਫਨ ਦਫਨ ਆਪ ਕਰ, ਠੀਕ ਹੈ। ਉਹ ਆਖੇ ਮੈਂ ਕੋ ਕਿਆ ਕਰ ਸਾਂ, ਚਾਹ ਚਾਹ ਵਜੋ, ਉਹ ਚਾਹ ਤੇ ਘਰ ਗਿੰਦਾ ਹੈ, ਉਹ ਮਤਲਬ ਹੈ ਉਹਨਾਂ ਇਹ ਕੀਤਾ, ਸ਼ਾਮ ਕੋ ਨਾ ਉਹਦੇ ਚਾਰ ਚਫੇਰੇ ਸੱਤ ਚੱਕਰ ਸਿੱਧੇ ਪੁੱਠੇ ਡੇ ਤੇ ਉਹਦੇ ਮੱਥੇ ਤੇ ਰੱਖੇ, ਉਹਨੇ ਕਲਮਾ ਭਰ ਤੇ ਉੱਠੀ ਬੈਠਾ, ਲਾ ਇਲਾਹ ਇਲਾਹ ਮੁਹੰਮਦ ਰਸੂਲ, ਅੱਲਾ ਦੇ ਹੁਕਮ ਨਾਲ ਲਾਲ ਬਾਦਸ਼ਾਹ ਜ਼ਿੰਦਾ ਥੀ ਗਿਆ। ਆਹਾ, ਉਹਨੇ ਆਖਿਆ ਵੀ ਗਾਲੀ ਮੇ ਹੁਣ ਤੁਸਾਂ ਮੇ ਕੋ ਇਜਾਜ਼ਤ ਦੇ ਸੋ, ਉਹ ਜਿਹੜੀ ਗੁਥਲੀ ਆਈ ਉਹ ਧੋਬੀ ਦੇ ਘਰ ਆਖਿਆ, ਉਸਤੇ ਕੋ ਕਿਤਨੇ ਪੈਸੇ ਚਾਹੀਦੇ, ਠੀਕ, ਉਹ ਆਖਿਆ ਬਈ ਮੇਰੇ ਕੋ ਪੈਸੇ, ਮੈਂ ਕੋ ਅੱਲਾ ਤਾਲਾ ਬੜਾ ਰਿਜ਼ਕ ਦਿੱਤੇ, ਉਹ ਆਖਿਆ ਨਾ ਮੇਰੀ ਯਾਦਗਿਰੀ, ਸਹੀ, ਉਹ ਆਖਿਆ ਚਲੋ ਵੱਲ ਇਹ ਛੋਟੀ ਕੋਠੀ ਹੈ ਨਾ ਜਿਹੜੀ ਭੜੋਲੀ, ਇਹ ਭਰ ਜਾ, ਉਹ ਸੀ ਉਹ ਗੁਥਲੀ ਉਹਦੇ ਵਿੱਚ ਛੰਡਕੇ ਉਸਕੇ ਇਹ ਭੜੋਲੀ ਕੋ ਭਰ ਲਿਆ, ਉਹ ਸੀ ਭਰੀ ਗਈ, ਊ ਬੁੜੀ ਮਾਂ ਦੀ ਵੀ ਇੱਕ ਕਲਹੋਟੀ ਉਹ ਭਰ ਲਈ ਤੁਸ ਪੈਸਿਆਂ ਨਾਲ, ਆਪ ਅੱਗੋ ਰਾਤ ਕੋ ਉਡਾਣ ਕਟੋਰੇ ਤੇ ਚੜਿਆ ਤੇ ਉਹ ਮਾਲ ਪੁੱਜ ਗਿਆ, ਸ਼ਹਿਜ਼ਾਦੀ ਰੋ ਰੋ ਤੇ ਪਾਗਲ ਥੀ ਬੈਠੀ, ਬਈ ਮੇਰੇ ਪਿੱਛੋਂ ਕੁਰਬਾਨੀ ਦੇ ਗਿਆ ਲਾਲ ਬਾਦਸ਼ਾਹ, ਅੱਲਾ ਜਾਣਦੇ ਉਹ ਕਿੱਥੋਂ ਦਾ ਆ, ਕਿੱਥੋਂ ਆਏ, ਕਿਵੇਂ ਆਏ, ਕੌਣ ਆਏ, ਕਿਆ ਹਾ, ਮੇਰੇ ਨਾਲ ਤਾਂ ਮੈਂ 2 ਮਿੰਟ ਮਜਲਸ ਵੀ ਨਾ ਥਈ ਤੇ ਉਹ ਕੁਰਬਾਨੀ ਦੇ ਗਿਆ, ਸਹੀ, ਉਹ ਪਾਗਲ ਥੀ ਬੈਠੀ, ਲਾਲ ਬਾਦਸ਼ਾਹ ਗਿਆ, ਸਲਾਮ ਅਲੈਕੁਮ, ਵਾਲੇਕੁਮ ਸਲਾਮ, ਜਾਉਂ ਡੀਠਾ, ਉਹ ਆ ਕੇ ਤੂੰ ਕੌਣ ਹੈ, ਉਹ ਆ ਕੇ ਮੈਂ ਉਹ ਰਾਤ ਵਾਲਾ ਲਾਲ ਬਾਦਸ਼ਾਹ, ਉਹ ਆ ਕੇ ਤੇਰੀ ਕੋਈ ਨਿਸ਼ਾਨੀ ਮੈਂ ਕੁੜੇ, ਉਹ ਆਖਿਆ ਮੈਂ ਤੇਰੇ ਕੋਲ ਆਇਆ, ਤੇਰਾ ਮੁੰਦਲਾ ਬਦਲਾ ਗਿਆ, ਰੁਮਾਲ ਬਦਲਾ, ਜੁੱਤੀ ਦਾ ਪੇਰ ਬਦਲਾ, ਚੌਥੀ ਦਫ਼ਾ ਮੈਂ ਆਇਆ ਤੇ ਤੇਲ ਵਾਲੇ ਖੜੇ ਡਿੱਟਾਂ ਤੈਂ ਕੱਢੇ, ਠੀਕ ਹੈ, ਉਹ ਆਖੇ ਬਿਲਕੁਲ ਨਿਸ਼ਾਨੇ ਤੇਰੇ ਸਹੀ, ਹੁਣ ਉਹ ਆਖਿਆ ਹੁਣ ਮੇਰੀ ਤਿਆਰੀ ਹੈ ਘਰ, ਤੇਰੀ ਕਿਆ ਇਰਾਦਾ, ਉਹ ਆਖੇ ਜਿਹੜੇ ਤੇਰਾ ਰਾਹ ਮਿਲੇ ਉਹਨੇ, ਸਹੀ, ਉਹ ਆਖੇ ਵੱਲ ਸਵਾਰ, ਦੋਵੇਂ ਉਹ ਦੋਵੇਂ ਕਟੋਰੇ ਦੇ ਵਿੱਚ ਬਹਿ ਗਏ, ਰਵਾਨੇ ਥੀ ਗਏ, ਸਵੇਰੇ ਜਿਸ ਵੇਲੇ ਨਾ ਬਾਗ ਦਮੀਏ ਨਮਾਜ਼ ਦਾ ਟਾਈਮ ਥੇ ਅਜ਼ਾਨਾਂ ਦਾ, ਹੁਣ ਲਾਲ ਬਾਦਸ਼ਾਹ ਆਖਿਆ ਆਪਾਂ ਇੱਥੇ ਨਮਾਜ਼ ਪੜ੍ਹ ਗਏ ਨੂੰ ਤੇ ਟੁਰ ਫਿਰ ਗਏ ਨੂੰ, ਸਹੀ, ਤੇ ਵੱਲ ਆਪਾਂ ਸਫ਼ਰ ਕਰੇ ਸੋ, ਵੱਲ ਪੰਧ ਕਰੇ ਸੋ, ਉਹ ਆਖੇ ਠੀਕ, ਸ਼ਹਿਜ਼ਾਦੀ ਵਿੱਚ ਬੈਠੀਏ, ਉਹ ਲੋਟਾ ਪਾਣੀ ਦਾ ਚਾਹ ਤੇ ਲਾਲ ਬਾਦਸ਼ਾਹ ਇਵੇਂ ਕਈ ਝਾੜੀ ਨਾਲ ਓਲਾ ਡੇ ਤੇ ਉੱਥਾਂ ਪਿਸ਼ਾਬ ਕਰਨ ਬਹਿ ਗਏ, ਸ਼ਹਿਜ਼ਾਦੀ ਦੇ ਦਿਲ 'ਚ ਕੋਈ ਖਿਆਲ ਆਏ, ਊਂ ਉਡਾਣ ਕਟੋਰੇ ਕੋ ਆਖੇ ਚੱਲ ਪਏ ਵਾਪਸ, ਠੀਕ ਹੈ।
ਲਾਲ ਬਾਦਸ਼ਾਹ ਜਲੇ ਆਏ ਨਾ ਉਡਣ ਕਟੋਰਾ ਸੀ ਨਾ ਸ਼ਹਿਜ਼ਾਦੀ ਸੀ ਨਾ ਕੁਛ ਧੂੰਹਦਾਰ ਧੂੰਹਦਾਰ ਉੱਥਾਂ ਹੀ ਕਿ ਲਾਲ ਬਾਦਸ਼ਾਹ ਆਖਿਆ ਮੈਂ ਹੀ ਜੰਗਲ ਦੇ ਵਿੱਚ ਉਹਨਾਂ ਫਕੀਰਾਂ ਨਾਲ ਧੋਖਾ ਕੀਤਾ ਠੀਕ ਹੈ ਅੱਜ ਮੇਰੇ ਨਾਲੋਂ ਠੀਕ ਠੀਕ ਹੈ ਜਿਹੜਾ ਧੋਖਾ ਜਿਵੇਂ ਮੈਂ ਕੀਤਾ ਉਵੇਂ ਮੇਰੇ ਨਾਲ ਠੀਕ ਠੀਕ ਹੈ ਇਹ ਗੱਲ ਦਿਲ ਵਿੱਚ ਤਸਲੀਮ ਕੀਤਾ ਉਸ ਆਖਿਓ ਅੱਛਾ ਮੈਂ ਇੱਕ ਵਾਰੀ ਉਹ ਸ਼ਹਿਜ਼ਾਦੀ ਕੋ ਵੱਲ ਮਿਲ ਸਾਂ ਤਾਂ ਸਹੀ ਸਹੀ ਉਹ ਪਿੱਛਾ ਰੁਕ ਜਾ ਕੀਤਾ ਠੀਕ ਹੈ ਥੋੜ੍ਹਾ ਜਿਹਾ ਸਫ਼ਰ ਕੀਤੇ ਸੀ ਇੱਕ ਆਦਮੀ ਅੱਗੂ ਨਜ਼ਰੇ ਉਹ ਆਖਿਆ ਹੋਵੇ ਤਾਂ ਮੈਂ ਜ਼ਰਾ ਉਬਾਲਾ ਥੀ ਅਤੇ ਹੀ ਕੋ ਪੁੱਜ ਪਵਾਂ ਚਲੋ ਲੂ ਸੰਗਤੀ ਥੀ ਵੈਸੂੰ ਸਫ਼ਰ ਚੰਗਾ ਨਾ ਬਣ ਸੀ ਸਹੀ ਜਿਸ ਵੇਲੇ ਉਹ ਪਿੱਛੋਂ ਉਬਾਲਾ ਥੀਆ ਨਾ ਤਾਂ ਉਹ ਵੀ ਅੱਗੂ ਉਬਾਲਾ ਕਦਮ ਚਾਵਲਣਾ ਠੀਕ ਹੈ ਉਹ ਆਖਿਆ ਵੀ ਇਹ ਤਾਂ ਵੱਲ ਮੇਰੇ ਵਾਂਗੂ ਇਹ ਵੀ ਤਿੱਖਾ ਪਿਆ ਥੀਂਦੇ ਮੈਂ ਹੋਵੇ ਤਾਂ ਵੱਲ ਦਰੁੱਕ ਮਾਰ ਸਹੀ ਊਂ ਦਰੁੱਕ ਮਾਰੀ ਊਂ ਹੀ ਅੱਗੂ ਦਰੁੱਕ ਚ ਮਾਰੀ ਠੀਕ ਹੈ ਉਹ ਆਖਿਆ ਮੈਂ ਤੇ ਕੋ ਕਹਿਣਾ ਵੰਜਣ ਲੈ ਸਾਂ ਖੜ ਵੰਜ ਮੇਰੀ ਗੱਲ ਸੁਣ ਊਂ ਆਖਿਆ ਤੂੰ ਲਾਗਣ ਜ਼ੋਰ ਮੈਂ ਤੇ ਕੋ ਪੁਜਾਣੀ ਨਹੀਂ ਪੁਜਾਣੀ ਨਹੀਂ ਦੇਣਾ ਠੀਕ ਹੈ ਚਲੋ ਕੁਝ ਪੰਥ ਬੰਨੇ ਉਹ ਬੰਦਾ ਜਿਹੜਾ ਆਈ ਨਾ ਅੱਗੂ ਵੇਂਦਾ ਉਹ ਇੱਕ ਬੂਟੀ ਆ ਗਈ ਹੈ ਉਹ ਬੂਟੀ ਸਿੰਘੀ ਹੈ ਹਰਣ ਪਰ ਅੱਛਾ ਉਹ ਪਿਛਲਾ ਬੰਦਾ ਜਿਹੜਾ ਲਾਲ ਬਾਦਸ਼ਾਹ ਉਹ ਗਏ ਜਿਹੜੇ ਉਹ ਬੂਟੀ ਪੱਟਦੇ ਊਂ ਆਪਣੇ ਚਾਦਰ ਦੇ ਪੱਲੇ ਬੰਨ ਕੇ ਅੱਛਾ ਉਹ ਹਰਣ ਦੇ ਪਿੱਛੋਂ ਹਰਣ ਅੱਗੂ ਗਏ ਕੋਈ ਮੁਰਬੇ ਤੇ ਉੱਥਾਂ ਬੂਟੀ ਖੜੀ ਆਈ ਉਹ ਬੂਟੀ ਸਿੰਘੀ ਹੈ ਬਾਂਦਰ ਅੱਛਾ ਸੀ ਉਹ ਬੂਟੀ ਜਿਹੜੀ ਹੈ ਉਹ ਬੂਟੀ ਸਿੰਘ ਤੇ ਬਾਂਦਰ ਬਣ ਗਏ ਊਂ ਬਣ ਕੇ ਉਹ ਬੂਟੀ ਵੀ ਪੱਟ ਤੇ ਪੱਲੇ ਬੰਨ ਕੇ ਠੀਕ ਹੈ ਵੱਲ ਉਹ ਬਾਂਦਰ ਬਾਂਦਰ ਦੇ ਪਿੱਛੋਂ ਲੱਗ ਗਏ ਉਹ ਕੁਝ ਸਫ਼ਰ ਤੇ ਗਏ ਉਹ ਬੂਟੀ ਅੱਗੂ ਖੜੀ ਹੈ ਉਹ ਸਿੰਘ ਦੇ ਬੰਦਾ ਬਣ ਠੀਕ ਹੈ ਊਂ ਉਹ ਬੂਟੀ ਪੱਟ ਤੇ ਉਹ ਹੀ ਪੱਲੇ ਬੱਧ ਕੀਤੀ ਨਿਸ਼ਾਨੀਆਂ ਲਾ ਕੇ ਦਿਆਂ ਇਹ ਬੂਟੀ ਸਿੰਘਿਆ ਹਰਨ ਬਣ ਗਿਆ ਇਹ ਬੂਟੀ ਸਿੰਘੇ ਬਾਂਦਰ ਬਣ ਗਿਆ ਇਹ ਬੂਟੀ ਸਿੰਘੀ ਹੈ ਤੇ ਬੰਦਾ ਬਣ ਗਿਆ ਠੀਕ ਹੈ ਊਂ ਸੀ ਕੁਝ ਪੰਧ ਊਂ ਬੰਦੇ ਦੇ ਪਿੱਛੂ ਗਏ ਬੰਦਾ ਗਾਇਬ ਠੀਕ ਅੱਲਾਹ ਤਾਲਾ ਦੀ ਤਰਫੋਂ ਊਂ ਕੋਈ ਇਸ਼ਾਰ ਇਸ਼ਾਰ ਥਿਆ ਠੀਕ ਚਲੋ ਸਫ਼ਰ ਕਰਈਆਂ 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 ਜਿਸ ਵੇਲੇ ਉਹ ਬੁੜੀ ਦੇ ਘਰ ਵੰਜ ਪੁੱਜੇ ਨਾ ਹੁਣ ਵਾਲੇ ਉਹਦੀ ਇਹ ਨੌਬਤ ਥੀ ਗਈ ਇਹਦੀ ਦਾੜੀ ਥੀ ਗਈ ਚੂਣੇ ਵੱਧ ਗਏ ਹਲਕੇ ਨੂੰ ਬੇਹਾਲ ਥੀ ਗਿਆ ਲਾਲ ਬਾਦਸ਼ਾਹ ਦੀ ਉਹ ਸੂਰਤ ਸੀਰਤ ਨਾ ਰਹੀ ਨਾ ਰਹਿ ਗਈ ਸ਼ਾਮ ਦਾ ਟਾਈਮ ਆ ਸਦਾ ਕੀਤੀ ਅਸੀਂ ਤੇ ਬੁੜੜੀ ਜਿਹੜੀ ਹੈ ਅੰਦਰੋਂ ਨਿਕਲੀ ਹੈ ਤੇ ਡਿੱਠੇ ਇਹ ਉਹ ਬੁੜੜੀ ਹੈ ਜਿਹਨੇ ਕਿਨੇ ਪਾਣੀ ਪੀਤਾ ਜਿਹਨੇ ਕਿਨੇ ਪਾਣੀ ਠੀਕ ਹੈ ਉਹ ਦੇਖ ਤੇ ਆਖਣ ਲੱਗੀ ਮੈਂ ਤਾਂ ਆਵਾਜ਼ ਸੁਣੀਏ ਤੇ ਬਿਸਮਿਲ੍ਲਾ ਪੜ੍ਹੀਏ ਮੈਂ ਆਖਿਆ ਲਾਲ ਬਾਦਸ਼ਾਹ ਆ ਗਿਆ ਮੇਰਾ ਪੁੱਤਰ ਸਹੀ ਤੂੰ ਤਾਂ ਕੋਈ ਬਿਆ ਫਕੀਰ ਹੈ ਊਂ ਆਖਿਆ ਅੰਮਾ ਤੂੰ ਕਹਿ ਨਹੀਂ ਭੁੱਲੀ ਹੈ ਇਹ ਤਾਂ ਉਹ ਲਾਲ ਬਾਦਸ਼ਾਹ ਸਹੀ ਊਂ ਵੱਲ ਮੰਨ ਤੇ ਊਂ ਕੋ ਹਾਂ ਨਾ ਲਾਇਆ ਆਖਿਓ ਉਸ ਕਿਆ ਹਾਲ ਬਣਾ ਰੱਖੇ ਤਾਂ ਸਹੀ ਊਂ ਆਖਿਆ ਬਸ ਮੇਰੇ ਅੱਲਾਹ ਦਾ ਕੰਮ ਹੈ ਇਹ ਜਿਹੜਾ ਕੁਝ ਮੇਰੇ ਨਾਲ ਥੇ ਈ ਕੋ ਦਰ ਰੱਖ ਤੂੰ ਮੇਰੇ ਕੋ ਨਾ ਰਾਤ ਦੀ ਰੋਟੀ ਤੇ ਸਵੇਰ ਦੀ ਰੋਟੀ ਦੇ ਸੇ ਤੇ ਦੇਰ ਵਾਲੇ ਸਮਾਂ ਤਾਂ ਇੱਕ ਨੂ ਮੁਰਬੇ ਮੋਕਲਾ ਠੀਕ ਹੈ ਬਈ ਇੱਥਾਂ ਹੀ ਬਈ ਇਹ ਕੋਈ ਮਲੰਗ ਆਇਆ ਵਧੇ ਉਹ ਇੱਕ ਕੰਡਾ ਖੜੇ ਸੀ ਤੇ ਮੈਂ ਉੱਥੇ ਹੀ ਦੂਹਾਂ ਲਾ ਦੇਣਾ ਬਸ ਉੱਥੇ ਹੀ ਕੱਢੀ ਉੱਥੇ ਹੀ ਗੁਜ਼ਰੇ ਸਾਂ ਤੇ ਰਾਤ ਤੇਰੇ ਕੋਲ ਠੀਕ ਹੈ ਤੇ ਕਹੀਂ ਕੋਈ ਰਾਤ ਨਹੀਂ ਦੇਵਣਾ ਸਹੀ ਬਈ ਲਾਲ ਬਾਦਸ਼ਾਹ ਆ ਗਏ ਉਹ ਆ ਕੇ ਠੀਕ ਹੈ ਉਹ ਸੀ ਹੁਣ ਰਾਤ ਗੁਜ਼ਰ ਗਈ ਵੱਡੇ ਲੋਕ ਸਵੇਰੇ ਡੀਂਹ ਥਿਆ ਉੱਥੋਂ ਦੂਹੇ ਦਾ ਇੰਤਜ਼ਾਮ ਕੀਤਾ ਆਪਣਾ ਕੰਮ ਡੀਂਹ ਦਾ ਮਤਲਬ ਹੈ ਕੋਈ ਚਿਮਟਾ ਸ਼ਿਮਟਾ ਹੀ ਬਣਵਾ ਗਏ ਦੋਸਤ ਇਵੇਂ ਚੱਕਰ ਛੱਕਰ ਹੀ ਲਾ ਗਏ ਨੇ ਮਲੰਗ ਗਏ ਬਈ ਦਰਵੇਸ਼ ਅਤੇ ਬੁੱਢੀ ਕੋ ਆਖਿਆ ਪੈਸੇ ਅੰਮਾ ਹਨ ਉਹ ਆਖਿਆ ਬਾ ਪੈਸੇ ਤਾਂ ਉਹ ਜਿਵੇਂ ਦੇ ਗਈ ਉਹ ਲਾਥਨ ਸਹੀ ਮੈਂ ਕਿਆ ਕੀਤੇ ਉਹਨਾਂ ਪੈਸੇ ਕੋ ਸਹੀ ਉਹ ਆਖਿਆ ਇਵੇਂ ਕਰ ਕੁਝ ਪੈਸੇ ਆਪਾਂ ਕੁਝ ਚਾਹੀਦੇ ਨੇ ਤੂੰ ਮੇਰੇ ਨਾਲ ਸੁਣਾ ਰਹੇ ਤੀ ਵੈਸੇ ਉਹ ਆਖਿਆ ਵੈਸੂ ਸੁਨਾਰੇ ਕੋਲ ਗਏ ਸੁਨਾਰੇ ਕੋ ਆਖਿਓ ਉਸ ਗਾਲੀ ਮੈਂ
ਜੇ ਬਈ ਹਰਨ ਦੇ ਸਿੰਘ ਨਹੀਂ ਹੁੰਦੇ ਉਹਨਾਂ ਦੇ ਉੱਤੇ ਸੋਨੇ ਜਾਂ ਟੋਪਿਆਂ ਲਾਉਣੇ ਸਹੀ ਸੁਣੇ ਸੀ ਉਹ ਟੋਪਿਆਂ ਬਣਾ ਦੇ ਠੀਕ ਹੈ ਪੇਰਾਂ ਦੇ ਜਾਂਝੜੇ ਜੇ ਰਹਿਣਾ ਕੜੇ ਜਿਹੜੇ ਉਹ ਸੋਨੇ ਦੇ ਬਣਾ ਦੇ ਠੀਕ ਹੈ ਬਲ ਇਹ ਗੱਲ ਦੀ ਇੱਕ ਹਮੇਲ ਬਣਾ ਲਿਆ ਉਹਨਾਂ ਗੁੰਗਰਿਆਂ ਜਿਹੜੇ ਹੋਵਣ ਨਾ ਉਹ ਸੋਨੇ ਜਾਉਣ ਠੀਕ ਹੈ ਦੱਸ ਕਿਤਨੇ ਪੈਸੇ ਅੱਛਾ ਸੁਨਾਰੇ ਨੇ ਆਖਿਆ ਪੈਸੇ ਇਤਨੇ ਬਣ ਸਨ ਉਹ ਪੈਸੇ ਗੁੱਡੀ ਤੇ ਕਲਣ ਲਏ ਸੀ ਉਹ ਆਖਿਆ ਤਕਰੀਬਨ ਇਹ ਕੋਈ 15 ਦਿਨ ਦੇ ਬਾਅਦ ਤੱਕ ਸਮਾਨ ਮਿਲਵੇ ਸੀ ਠੀਕ ਹੈ ਆਖੇ ਠੀਕ ਉਹ ਸਮਾਨ ਦੇ ਪੈਸੇ ਦੇ ਤੇ ਅਤੇ ਇੱਕ ਦਰਦੀ ਕੋ ਆਖਿਆ ਉਸ ਡਾਢਮ ਦੀ ਇੱਕ ਪਰਚੀ ਮੈਂ ਬਣਾ ਲਏ ਕੱਪੜੇ ਦੀ ਹੂੰ ਦੇ ਉੱਤੇ ਸਿਤਾਰੇ ਮੋਤੀ ਅਤੇ ਨਾਲ ਮਤਲਬ ਕੋਈ ਸੋਨੇ ਦੇ ਝੁਮਕੇ ਉਹ ਲਵੇ ਸਨ ਅੱਛਾ ਉਹ ਮੈਂ ਆਖਾਂ ਸੁਣ ਠੀਕ ਹੈ ਉਹ ਅਸੀਂ ਦਰਦੀ ਕੰਮ ਕਰ ਲਿਆ ਉਹ ਅਸੀਂ ਆਪਣਾ ਸੁਨਾਰੇ ਜਿਹੜਾ ਕੰਮ ਕੀਤਾ 15 ਦਿਹਾੜੇ ਸਮਾਨ ਇਕੱਠਾ ਕੀਤਾ ਅਤੇ ਇੱਕ ਵੰਜੇ ਬਾਜ਼ਾਰੋਂ ਡੋਰੀ ਘਿਨ ਆਇਆ ਡਾਢਮ ਦੀ ਰੱਸੀ ਉਹ ਵੀ ਬੜੀ ਨਫੀਸ ਜੀ ਠੀਕ ਅਤੇ ਬੁੱਢੜੀ ਕੋ ਹਾਲ ਦਿੱਤੋ ਸਮਾਂ ਮੈਂ ਬਣਨਾ ਹਰਾਂ ਸਹੀ ਇਹ ਸਿੰਘਾਂ ਦੇ ਉੱਤੇ ਟੋਪਿਆਂ ਦੇ ਰਹੇ ਸੀ ਠੀਕ ਇਹ ਗੱਲ 'ਚ ਹਮੇਲ ਪਾ ਰਹੇ ਸੀ ਇਹ ਪਰਚੀ ਮੇਰੇ ਉੱਤੇ ਰੱਖ ਲਏ ਸੀ ਇੱਕ ਪੱਟਾ ਬਣਿਆ ਹੋਇਆ ਉਹ ਹੀ ਵੱਧ ਰਹੇ ਸੀ ਠੀਕ ਹੈ ਇਹ ਜਿਹੜੀ ਰੱਸੀ ਹੈ ਇਹ ਮੇਰੇ ਗੱਲ 'ਚ ਪਾ ਤੀ ਮੈਂ ਬਲਹੇੜ ਦੇ ਸੀ ਠੀਕ ਹੈ ਅਤੇ ਪੇਰਾਂ 'ਚ ਜਾਂਝਾਂ ਪਾ ਲਏ ਸੀ ਅਤੇ ਮੈਂ ਕੋ ਅੱਲਾ ਦੀ ਸਪੁਰਤ ਕਰਕੇ ਛੋੜ ਲਏ ਸੀ ਠੀਕ ਹੈ ਉਹ ਆਖਿਆ ਠੀਕ ਹੈ ਲਾਲ ਬਾਦਸ਼ਾਹ ਬੂਟੀ ਸਿੰਘ ਤੇ ਹੈਰਾਨ ਬਣ ਗਿਆ ਅਤੇ ਇਹ ਦੱਸੋ ਇਹ ਬੂਟੀ ਹੈ ਜਿਹੜੀ ਇਹ ਮੇਰੇ ਦੇਸੀ ਸੱਜੇ ਪਾਸੋਂ ਇਹ ਦੇਸੀ ਖੱਬੇ ਪਾਸੋਂ ਠੀਕ ਹੈ ਇਹ ਆਪੇ ਅੰਦਾਜ਼ਾ ਲਾਇਆ ਇਹ ਖੱਬੇ ਪਾਸੋਂ ਹੈ ਇਹ ਸੱਜੇ ਪਾਸੋਂ ਹੈ ਇਹ ਬਾਂਦਰ ਵਾਲੀ ਹੈ ਇਹ ਬੰਦੇ ਵਾਲੀ ਠੀਕ ਹੈ ਇਹ ਉਹਨੂੰ ਨਾ ਦੱਸਿਓ ਕਿ ਵੀ ਇਹ ਇਵੇਂ ਥੀ ਸੀ ਉਹ ਆਖਿਆ ਇਹ ਬੂਟਾ ਮੇਰੇ ਇਹ ਸੱਜੇ ਖੱਬੇ ਇਵੇਂ ਦੇਵੀ ਬੂਟਾ ਬਦਲਾਉਣਾ ਨਹੀਂ ਇਹ ਬੂਟੀ ਸੱਜੇ ਪਾਸੋਂ ਇਹ ਖੱਬੇ ਪਾਸੋਂ ਠੀਕ ਹੈ ਠੀਕ ਠੀਕ ਊਂ ਸੀ ਉਹ ਹਰਨ ਕੋ ਹਰਨ ਤਿਆਰ ਥੀ ਗਿਆ ਉਹ ਕੁਛ ਜਿਵੇਂ ਹਾਰ ਸ਼ਿੰਗਾਰ ਹੁੰਦਾ ਕਰਾ ਅਤੇ ਰੱਸੀ ਦੀ ਗੱਲ 'ਚ ਮਲੇਟ ਵੱਧ ਉਹ ਛੋੜ ਅੱਲਾ ਦੀ ਸੁਪਰਦ ਬਈ ਲਾਲ ਬਾਦਸ਼ਾਹ ਸੀ ਉੱਥੋਂ ਟੁਰਿਆ ਅਤੇ ਸ਼ਹਿਰ 'ਚ ਵੜ ਗਿਆ ਸੁਬਾਹ ਦਾ ਟਾਈਮ ਆਈ ਮਸੀਤ 'ਚ ਨਮਾਜ਼ ਪੜ੍ਹ ਕੇ ਕੋਈ ਨਿਕਲੇ ਕੋਈ ਇਵੇਂ ਆਪਦੇ ਕੰਮ ਕੋ ਪੈ ਵੇਂਦੇ ਕੋਈ ਇਵੇਂ ਦਾ ਪਏ ਇਵੇਂ ਚੌਕ ਦੇ ਵਿੱਚ ਹਰਨ ਪੁੱਜ ਠੀਕ ਹੈ ਬਾਦਸ਼ਾਹ ਹੀ ਰਲਿਆ ਮਸੀਤ 'ਚ ਨਿਕਲੇ ਅਤੇ ਉਹਨਾਂ ਡਿੱਠੇ ਜਿਸ ਅਸੀਂ ਬਾਦਸ਼ਾਹ ਸਲਾਮਤ ਕਹਿੰਦਾ ਪਲਵ ਘੜ ਹਰਨ ਹਰਨ ਆ ਗਏ ਪਾਲਤੂ ਹੈ ਉਹ ਆਖੇ ਵਾ ਤੁਹਾਨੂੰ ਕਿਵੇਂ ਪਤਾ ਉਹ ਆਖੇ ਸੀ ਪੇਰਾਂ 'ਚ ਡੇਗਣ ਨੂੰ ਜਾਂਝਰਿਆਂ ਅਤੇ ਉਹ ਤਾਂ ਹਾਰ ਸ਼ਿੰਗਾਰ ਥਿਆ ਉਹ ਆਖੇ ਇਵੇਂ ਕੰਮ ਕਰੋ ਜੇ ਬਈ ਕੋ ਮਾਰਨਾ ਨਹੀਂ ਠੀਕ ਕੋ ਪਕੜ ਠੀਕ ਹੈ ਹਾਂ ਵੀ ਦੁਨੀਆ ਪਿੱਛੋਂ ਲੱਗ ਗਈ ਹਰਨ ਤਾਂ ਮਾਰੇ ਛੂੰਗ ਉੱਥੋਂ ਹੀ ਲਏ ਸਹੀ ਉਹ ਇਡੂ ਬੰਦਾ ਆਵੇ ਤਾਂ ਉੱਥੋਂ ਵੀ ਨਿਕਲੇ ਸਹੀ ਆਉਣ ਪਿਆ ਉਹਨਾਂ ਕੋ ਸਾਰਿਆਂ ਕੋ ਫਜਾਇਆ ਦੋ ਘੰਟੇ ਠੀਕ ਹੈ ਹਰ ਕੋਈ ਪਗਸੋਂ ਪਾਣੀ ਹੋਵੇ ਪਰੇਸ਼ਾਨ ਹੋਵੇ ਬਾਦਸ਼ਾਹ ਚੌਕ 'ਚ ਕੁਰਸੀ ਘਰ 'ਤੇ ਬੈਠੇ ਬਈ ਕੋਸ਼ਿਸ਼ ਕਰੋ ਅਖੀਰੀ ਮਤਲਬ ਹੈ ਕਿ ਜਲ ਡਿਠੋ ਬਿਹਾਰ ਕੋਈ ਹੰਭ ਗਏ ਹੂੰ ਹਲੇ ਬਾਦਸ਼ਾਹ ਦੇ ਨਾਲ ਵਾਹ ਬਈ ਵਾਹ ਖੁਸ਼ ਸੀ ਕਿ ਬਾਦਸ਼ਾਹ ਉੱਠੀ ਖੜਾ ਸਾਰੀ ਦੁਨੀਆ ਸੀ ਦੇਖਣ ਵਾਸਤੇ ਹਰਨ ਕੋ ਅਤੇ ਨੁਕਰਾਣੀ ਕੋ ਜੋ ਪੱਤਾ ਲੱਗਾ ਉਹ ਬੰਨੀ ਅਤੇ ਸ਼ਹਿਜ਼ਾਦੀ ਕੋ ਕਹਿੰਦੇ ਸੀ ਠੀਕ ਹੈ ਬਾਬੇ ਸਿੰਘ ਹੁਣੀ ਹਰਨ ਇੱਕ ਪਕੜੇ ਪਰ ਉਹ ਦੇਖਣ ਮੰਗਦੇ ਠੀਕ ਹੈ ਉਹ ਆਖੇ ਕਿਆ ਹੈ ਕਿਆ ਉਹ ਹਰਨ ਦੀ ਖੂਬੀ ਉਹ ਆਖੇ ਜਿਹੜਾ ਉਹਦਾ ਹਾਰ ਸ਼ਿੰਗਾਰ ਹੈ ਨਾ ਉਹ ਦੇਖਣ ਦਾ
ਸ਼ਾਨਦਾਰ ਦੇਖਣ ਦਾ ਦੇਖਣ ਦਿਲ ਕਰਨ ਦੀ ਕੋਈ ਦੇਖੋ ਠੀਕ ਹੈ ਉਹ ਕੇ ਵਾਂ ਅੱਬੇ ਹਜ਼ੂਰ ਕੋ ਆਖ ਤੁਹਾਡੀ ਬੇਟੀ ਖਿੰਦੀ ਹੈ ਹਰਨ ਮੇ ਕੋ ਦੋ ਅੱਜ ਦੀ ਹਾਰ ਮੇ ਕੋ ਦੇ ਠੀਕ ਹੈ ਚਲੋ ਵੀ ਉਹ ਡਿਠੀ ਬਾਲ ਬੈਠਣ ਨੂੰ ਕਰਾਣੀ ਆਈ ਉਹ ਘੰਟੇ ਅੰਦਰ ਚਲੀ ਗਈ ਜਿਸ ਵੇਲੇ ਉੱਥਾਂ ਗਿਰ ਗਿਆ ਉਸ ਹੁਣ ਡੋਰੀ ਕਿ ਪੱਕੀ ਉਹ ਪਰੇਸ਼ਾਨ ਹੈ ਹਰਨ ਠੀਕ ਹੈ ਕਈ ਸ਼ਹੀ ਮਤਲਬ ਉਹ ਕੋ ਮੂੰਹ 'ਚ ਦੇਵੇ ਪੱਤੇ ਪੱਟ ਪੱਟ ਦੇਵੇ ਫੁੱਲ ਸਿੰਘਾਵੇ ਖਮੋਸ਼ ਆਖੇ ਸੀ ਵੱਲ ਖਾਂਦਾ ਕਿਆ ਹੈ ਨੁਕਰਾਣੀ ਤੋਂ ਪੁੱਛ ਉਹ ਆਖੇ ਕਿਆ ਪਤਾ ਉਹਨਾਂ ਹਰਨ ਜੰਗਲ 'ਚ ਰਹਿਣ ਜੰਗਲਾਂ 'ਤੇ ਘਾਹ ਬੂਟੀ ਖਾਂਦੇ ਹੋ ਸਹੀ ਉਹ ਆਖੇ ਤਾਂ ਕਈ ਸ਼ਾਇ ਮੂੰਹ ਨਹੀਂ ਲਿਆਉਂਦਾ ਕਿਆ ਪਤਾ ਅੱਛਾ ਰਾਤ ਥੀ ਗਈ ਸ਼ਹਿਜ਼ਾਦੀ ਹੁਣ ਸੁੰਮ ਗਈ ਹੈ ਅਤੇ ਹਰਨ ਕੋ ਹੁਣ ਆਪਦੇ ਰਲੇ ਸੰਭਾਈ ਪਈ ਠੀਕ ਹੈ ਹਰਨ ਨੇ ਡਿੱਠਾ ਜਿਸ ਵੇਲੇ ਸ਼ਹਿਜ਼ਾਦੀ ਕੋ ਨਿੰਦ ਆਈ ਹੈ ਹਰਨ ਉੱਠੇ ਊ ਸੀ ਖੱਬੇ ਪਾਸੇ ਵਾਲੀ ਬੂਟੀ ਕੋ ਸਿੰਘੇ ਬੰਦਾ ਬਣ ਗਿਆ ਠੀਕ ਹੈ ਊ ਸਾਰਾ ਸਮਾਨ ਆਪਦਾ ਇਕੱਠਾ ਕੀਤੇ ਠੀਕ ਮੇਲ 'ਤੇ ਗੱਡੀ ਵਧੀਆ ਸਹੀ ਅਤੇ ਜਿਹੜੀ ਆਈ ਨਾ ਬਾਂਦਰ ਵਾਲੀ ਬੂਟੀ ਸਹੀ ਉਹ ਸ਼ਹਿਜ਼ਾਦੀ ਦੇ ਨੱਕ ਨਾਲ ਲਈਏ ਸਹੀ ਉਹ ਬਾਂਦਰੀ ਠੀਕ ਹੈ ਉਹ ਡੋਰੀ ਜਿਹੜੀ ਆਪਦੀ ਘੱਟ 'ਤੇ ਹੁੰਦੀ ਗੀਚੇ 'ਚ ਵਧੀਆ ਖੱਟ ਨਾਲ ਵਾਧੂ ਕੂੰ ਆਪ ਉੱਤੇ ਚੜ੍ਹੇ ਉਡਾਣ ਕਟੋਰਾ ਪਿਆ ਥਿਆ ਹੁਣ ਦੇ ਵਿੱਚ ਆਪਣਾ ਸਮਾਨ ਉਵੇਂ ਪਿਆ ਉਹ ਵਿੱਚ ਰੱਖੇ ਸੀ ਹਰਨ ਵਾਲਾ ਹਾਰ ਸਿੰਘਾ ਅਤੇ ਚੱਲ ਪਈ ਉਡਾਣ ਕਟੋਰਾ ਠੀਕ ਹੈ ਡੋਰੀ ਦੇ ਘਰ ਪੁੱਜ ਗਿਆ ਬਾਂਦਰੀ ਜਿਹੜੀ ਹੈ ਉਹੀ ਨਾਲ ਨਾ ਉਥਾਂ ਹੀ ਕਿਆ ਠੀਕ ਹੈ ਵੰਜ ਤੇ ਊ ਕੋ ਆਖੋਸ ਬੁੱਲੀ ਕੂੰ ਜੋ ਬਈ ਮੈਂ ਜਿਹੜਾ ਕੁਝ ਮਤਲਬ ਵਾਸਤੇ ਆਇਆ ਹਾਂ ਉਹ ਕੰਮ ਮੇਰਾ ਠੀਕ ਹੈ ਸਹੀ ਇਹ ਮੇਰਾ ਸਮਾਨ ਹੀ ਮੈਂ ਆਪਣੇ ਤੱਕੀ ਦੇ ਵੇਂਦਾ ਪਿਆ ਚਾਹੇ ਮੇਰਾ ਜ਼ਿਕਰ ਨਹੀਂ ਕਰਨਾ ਕੋਈ ਸ਼ੋਅ ਨਹੀਂ ਕਰਨਾ ਕਹੀ ਸਹੀ ਹੈ ਲਾਲ ਬਾਦਸ਼ਾਹ ਆਪਣਾ ਹਾਲ ਵਸਲਾ ਉਹ ਬਦਲਾਇਓਸ ਅਤੇ ਆਪਣਾ ਉੱਥੇ ਹੀ ਚਲਾ ਗਿਆ ਤੱਕੀਏ 'ਤੇ ਸਵੇਰੇ ਨੁਕਰਾਣੀ ਗਈ ਤਾਂ ਉਹ ਬਾਂਦਰੀ ਬਣੀ ਬੈਠੀ ਸੀ ਉਹ ਤਾਂ ਬੰਨੀ ਫਰਿਆਦ ਵੀ ਕਾਸੇ ਫਰ ਉਹ ਕਿ ਬਾਦਸ਼ਾਹ ਸਲਾਮਤ ਹਰਨ ਤਾਂ ਹੈ ਕਨ ਸ਼ਹਿਜ਼ਾਦੀ ਬਾਂਦਰੀ ਬਣੀ ਬੈਠੀ ਸਹੀ ਬਾਦਸ਼ਾਹ ਆ ਗਿਆ ਨਾਲ ਕੋਈ ਬੇ ਹੁੰਦੇ ਰਿਸ਼ਤੇਦਾਰ ਪੁੱਜ ਗਏ ਵੰਜਣ ਤਾਂ ਬਾਂਦਰੀਏ ਊਂ ਕੋਲੋਂ ਪੁੱਛਣ ਤਾਂ ਉਹ ਇਵੇਂ ਇਸ਼ਾਰੇ ਕਰੇ ਜਿਵੇਂ ਮੇਰੇ ਕੋਈ ਪਤਾ ਕਰੇ ਚਲੋ ਬਈ ਮੁੱਲਾਂ ਬਹੁਤ ਪਿਆਵਣ ਲੱਗ ਗਏ ਬਈ ਇਹਦੇ ਨਾਲ ਕੋਈ ਜਾਦੂ ਥੀ ਗਏ ਉਹ ਹਰਨ ਜਿਹੜਾ ਹਾ ਕੋਈ ਜਾਦੂਗਰ ਹਾ ਉਹ ਜਾਦੂਗਰ ਤਾਂ ਚਲਾ ਗਏ ਉਹ ਤਾਂ ਅਸੀਂ ਵੱਲ ਹੁਣ ਉਹ ਬੂਟੀ ਸਿੰਘਾਂ ਵੰਦਾ ਬੰਦਾ ਬਣ ਹਾਂ ਜ਼ਾਹਿਰ ਹੈ ਸਹੀ ਹੈ ਉਹ ਨਾ ਬੂਟੀ ਕਹੀਂ ਕਿਨੇ ਹੋਵੇ ਨਾ ਇਹ ਬੰਦਾ ਬਣੇ ਅਖੀਰੀ ਇਵੇਂ ਕੋਈ ਡਾਢੀ ਜਸਲੇ ਬਾਦਸ਼ਾਹ ਅੱਖ ਥੱਕ ਗਿਆ ਉਹ ਤਾਂ ਰੋਜ਼ ਦਾ ਨਵਾਂ ਭੋ ਪਾਵੇ ਉਹ ਮਲੰਗ ਚਿਮਟਾ ਹੱਥ 'ਚ ਵੰਜ ਸਦਾ ਕੀਤੋ ਬਾਦਸ਼ਾਹ ਦੇ ਅੱਗੋਂ ਸਹੀ ਬਾਦਸ਼ਾਹ ਆਖਿਆ ਉਹ ਮੀਆਂ ਮਲੰਗਾ ਔਰ ਹਾਂ ਗਾਲ ਤਾਂ ਮੇਰੀ ਸੁਣ ਮਲੰਗ ਪੁੱਜਿਆ ਕੁਰਬਾਨ ਵਜਾ ਹੁਕਮ ਕਰੋ ਮੈਂ ਫਕੀਰ ਗਦਾਹ ਗਰ ਦੇ ਪੈ ਗਏ ਮੇਰੇ ਨਾਲ ਉਹ ਆਖਿਆ ਸੀ ਗਾਲ ਹੀ ਮੈਂ ਤੁਹਾਡੇ ਕੋਲ ਇੱਕ ਗਾਲ ਪੁੱਛਦਾ ਮੇਰੀ ਕੋਈ ਰਹਿਨੁਮਾਈ ਕਰੋ ਕਿ ਮੇਰੀ ਧੀ ਹੈ ਜਿਹੜੀ ਨਾ ਬਾਂਦਰੀ ਬਣਦੀ ਹੈ ਅੱਛਾ ਮੈਂ ਮੁੱਲਾਂ ਭੋਪੇ ਪੀਰ ਫਕੀਰ ਸਾਰੇ ਕੁਝ ਭੁੱਗ ਜਾ ਚੁੱਕਾ ਹਾਂ ਅਤੇ ਉਹ ਮੇਰੀ ਧੀ ਸਹੀ ਇਨਸਾਨ ਦੀ ਸ਼ਕਲ 'ਚ ਨਹੀਂ ਆਉਂਦੀ ਠੀਕ ਹੈ ਹਿੰਦਾ ਕੋਈ ਮੇਰਾ ਹੱਲ ਕਰ ਮੇਰੇ ਕੋ ਕੋਈ ਮੇਰੀ ਰਹਿਨੁਮਾਈ ਕਰ ਸਹੀ ਉਹ ਆਖਿਆ ਸੀ ਬਾਦਸ਼ਾਹ ਸਲਾਮਤ ਮੈਂ ਇਵੇਂ ਨਹੀਂ ਦੱਸ ਸਕਦਾ ਮੇਰੇ ਕੋ ਹਾਜ਼ਰ ਮੌਕੇ 'ਤੇ ਗਹਿਣ ਠੀਕ ਹੈ
ਉਹ ਦਿਲ ਚ ਆਖਿਆ ਮੈਂ ਵਾ ਉੱਥੇ ਮੇਰੇ ਕੋਲ ਦੇਖੇ ਤਾਂ ਸਹੀ ਅੱਖੀ ਨਾ ਚਲੋ ਤੁਰ ਪਏ ਉੱਥਾਂ ਗਏ ਜਿਸ ਵੇਲੇ ਉਹ ਬਾਂਦਰੀ ਨੇ ਡਿੱਠਾ ਉਹਨਾਂ ਅੱਖੀ ਤਲੇ ਠੀਕ ਠੀਕ ਹੈ ਬੜੀ ਸ਼ਰਮਸ਼ਾਰ ਥਈ ਇਹ ਤਾਂ ਲਾਲ ਬਾਦਸ਼ਾਹ ਆ ਉਹ ਜਲੇ ਹਰਨ ਦੀ ਸ਼ਕਲ ਜਾ ਹੂੰ ਵਾਲੇ ਤੁਹਾਨੂੰ ਪਤਾ ਕਹਿਣਾ ਸਹੀ ਉਹ ਆਖਿਆ ਇਹ ਤਾਂ ਲਾਲ ਬਾਦਸ਼ਾਹ ਆ ਗਏ ਇਹਨੂੰ ਤਾਂ ਫਾਂਸੀ ਲਾ ਲਿੱਤਾ ਬੇਹਜ਼ੂ ਅਤੇ ਵਾਲੇ ਮੇਰੇ ਕੋਲ ਆਇਆ ਜੋ ਬਈ ਮੈਂ ਫਾਂਸੀ 'ਚ ਮੈਂ ਜ਼ਿੰਦਾ ਥੀ ਗਿਆ ਮੌਤ ਦਾ ਘਰ ਦੇਖ ਅਤੇ ਲਾਲ ਬਾਦਸ਼ਾਹ ਮੇਰੇ ਕੋਲ ਹਾਸਲ ਕੀਤਾ ਮੈਂ ਇਹਦੇ ਨਾਲ ਕਿਆ ਕੀਤਾ ਸਹੀ ਇਹ ਵੱਲ ਦੁਬਾਰਾ ਮੇਰੇ ਕੋਲ ਆ ਗਏ ਮੈਂ ਹੁਣ ਇਹ ਸ਼ਕਲ ਚਾ ਚਲੋ ਊਂ ਬਾਦਸ਼ਾਹ ਕੋ ਦੇ ਸਾਹਮਣੇ ਸ਼ਹਿਜ਼ਾਦੀ ਦੇ ਆਖਿਓ ਮੈਂ ਕੁਰਬਾਨ ਵਾਂ ਹਜ਼ੂਰ ਇਹ ਜ਼ਿੰਦਾ ਥੀ ਸਕਦੀ ਇਹ ਇਨਸਾਨ ਦੇ ਰੂਪ ਵਿੱਚ ਆ ਸਕਦੀ ਸਹੀ ਹੈ ਊਂ ਆਖਿਆ ਸੀ ਚੋਖਾ ਵਕਤ ਅਲਗ ਸੀ ਊਂ ਆਖਿਆ ਵਕਤ ਅਲਗ ਸੀ 6 ਮਹੀਨੇ ਸਹੀ ਆਓ ਜੀ ਲੋ ਬਾਹਰ ਆ ਗਏ ਬਾਦਸ਼ਾਹ ਕੋ ਆਤੇ ਦੱਸੋ ਅਗਰ ਤੁਹਾ ਕੋਈ ਸ਼ਰਤਾਂ ਹਨ ਇਹ ਤੁਹਾ ਕੋ ਮਨਜ਼ੂਰ ਹੋਵੇ ਤਾਂ ਮੈਂ ਇਨਸ਼ਾ ਅੱਲਾ ਇਹਦਾ ਇਲਾਜ ਕਰਾਂ ਸਹੀ ਹੈ ਉਹ ਆਖਿਆ ਸ਼ਰਤਾਂ ਦਾ ਮੇਰੇ ਕੋਲ ਨਹੀਂ ਪਤਾ ਤੇਰੇ ਸ਼ਰਤਾਂ ਕਿਆ ਹੈ ਕਿ ਲੇਕਿਨ ਪਹਿਲੇ ਮੇਰੀ ਸ਼ਰਤ ਸੁਣਿਆ ਠੀਕ ਹੈ ਮੇਰੀ ਸ਼ਰਤ ਇਹ ਮੈਂ ਐਲਾਨ ਕਰ ਦਿੱਤੇ ਇਸ਼ਤਿਹਾਰ ਲਾ ਦਿੱਤੇ ਕਿ ਜਿਹੜਾ ਮੇਰੀ ਧੀ ਕੋ ਇਨਸਾਨ ਦਾ ਰੂਪ ਦੇ ਦੇਵੇ ਅੱਲਾਹ ਤਾਲਾ ਇਹਨੂੰ ਸਹੀ ਕਰ ਦੇਵੇ ਅਤੇ ਮੈਂ ਉਹ ਕੋ ਧੀ ਦਾ ਰਿਸ਼ਤਾ ਹੁਕਮ ਦੇ ਸਕਾਂ ਹੀ ਧੀ ਦਾ ਰਿਸ਼ਤਾ ਹੁਕਮ ਦੇ ਸਕਾਂ ਠੀਕ ਹੈ ਅਤੇ ਅੱਜ ਬਾਦਸ਼ਾਹ ਦਾ ਉਹ ਮਾਲਕ ਸੀ ਠੀਕ ਹੈ ਇਹ ਮੇਰੇ ਕੋਲ ਤੂੰ ਤਹਰੀਰ ਕਰਾ ਗਏ ਸਹੀ ਲਾਲ ਬਾਦਸ਼ਾਹ ਨੇ ਆਖਿਆ ਬਸ ਇਹ ਗੱਲ ਮੈਂ ਖੇਨਾਮ ਜਿਹੜੀ ਤੈਂ ਕਰ ਸਹੀ ਹੈ ਇਹ ਗੱਲ ਤਾਂ ਤੂੰ ਪੱਕਾ ਹੈ ਤਾਂ ਮੈਂ ਇਨਸ਼ਾ ਅੱਲਾ ਇਹਦਾ ਇਲਾਜ ਕਰਾਂ 6 ਮਹੀਨਿਆਂ ਦਾ ਵਕਤ ਲੱਗ ਸੀ 6 ਮਹੀਨਿਆਂ ਦਾ ਖਰਚਾ ਪਾਣੀ ਸਾਰਾ ਕੁਝ ਮੇਰੇ ਕੋਲ ਅੰਦਰ ਦੇ ਬਾਹਰੋਂ ਤਾਲਾ ਲਾ ਦੇ ਸਹੀ ਠੀਕ ਹੈ ਇਹ 6 ਮਹੀਨੇ ਤੋਂ ਬਾਅਦ ਤਾਲਾ ਖੁੱਲ੍ਹਿਆ ਸੀ ਠੀਕ ਹੈ ਉਹ ਆਖਿਆ ਠੀਕ ਹੈ ਖਰਚਾ ਸਾਰਾ ਉਹ ਮਿਲ ਗਿਆ ਉਹ ਆਖਿਆ ਇੱਕ ਚੀਜ਼ ਜਿਹੜੀ ਹੈ ਨਾ ਮੇਰੇ ਕੋਲ ਚਾਹੀਦੀ ਕਿਆ ਬਾਵਲੀ ਥੀਂਦੀ ਹੈ ਸਾਡੀ ਇੱਕ ਰੋਹੀ ਦੇ ਵਿੱਚ ਅੱਛਾ ਕਦੇ ਡਿੱਠੀ ਹੋਵੇ ਡੇਰੇ ਬੱਕੇ ਸਾਈਡ ਦੇ ਜੰਗਲ ਥੀਂਦੀ ਹੈ ਬਾਵਲੀ ਬਾਵਲੀ ਬੂਟੀ ਹੈ ਨਾ ਜਿਵੇਂ ਵੱਡੀ ਭੇਟ ਥੀਂਦੀ ਜਿਵੇਂ ਮੋਰੇ ਦੀ ਹੈ ਨਾ ਹੀਂਕ ਨੂੰ ਉੱਚੀ ਨਿਕਲ ਪੈਂਦੀ ਹੈ ਉਹ ਫਲੀ ਲੱਗਦੀ ਹੈ ਜਿਵੇਂ ਜਿਵੇਂ ਸ਼ਰਹੀਨ ਦੀ ਫਲੀ ਹੋਵੇ ਇਹ ਲੰਬੀ ਹੁੰਦੀ ਉਹ ਛੋਟੀ ਹੁੰਦੀ ਮਟਰ ਦੀ ਮਟਰ ਜਿਵੇਂ ਫਲੀ ਹੁੰਦੀ ਅਤੇ ਕੰਡੇ ਹੁੰਦੇ ਕਿੱਕਰ ਵਾਲੀ ਘਰ ਇਹਦੇ ਇਹਦੇ ਤਿੱਖੇ ਅੱਛਾ ਉਹ ਲੱਕੜ ਬੜੀ ਚੀੜੀ ਥੀਂਦੀ ਉਹ ਆਖਿਆ ਬਾਵਲੀ ਦਾ ਤਲਹੜ ਜਿਹੜੇ ਨਾ ਤਕਰੀਬਨ ਇਤਨੇ ਕੋ ਹੈ ਠੀਕ ਹੈ ਉਹ ਮੇਰੇ ਕੋਲ ਅੰਦਰ ਮਿਲੇ ਸਹੀ ਠੀਕ ਉਹ ਅਸੀਂ ਮੂਹਲੇ ਨੌਕਰਾਂ ਕੋਲ ਆਰਡਰ ਥਿਆ ਹਰ ਸ਼ੈ ਮਿਲ ਗਈ ਖਾਣ ਪੀਣ ਦਾ ਇੰਤਜ਼ਾਮ ਸਾਰਾ ਕੁਝ ਉਹ ਆਖਿਆ ਰੋਟੀ ਪੱਕਾ ਬਣਾ ਲਉਂ ਉਹ ਆਖਿਆ ਮੈਂ ਆਪ ਪੱਕਾ ਲੂੰਗਾ ਠੀਕ ਹੈ ਬਸ ਉਹ ਅਸੀਂ ਵੱਲ ਰਾਤ ਦਾ ਸਮਝੇ ਸਵੇਰੇ ਡੀਂ ਥੀ ਵੀ ਜਲੇ ਉਹ ਕੋ ਬੂਟੀ ਸਿੰਘ ਆਵੇ ਇਨਸਾਨ ਦੀ ਸ਼ਕਲ ਚ ਆ ਵਜੇ ਸੁਣ ਸੀ ਵੱਲ ਉਹ ਖਾਣਾ ਛਾਣਾ ਪਕਾਵੇ ਉਹ ਖਾਵੇ ਅਤੇ ਵੱਲ ਹੁਣ ਦੇ ਕੋਲ ਪੁੱਛੇ ਹਾਂ ਵੀ ਉੱਥਾਂ ਮੇਰੇ ਕੋਲ ਧੋਖਾ ਦੇ ਅਤੇ ਵਾਪਸ ਕਿਉਂ ਆਇਆ ਠੀਕ ਵਜ੍ਹਾ ਦੱਸ ਠੀਕ ਹੈ ਆਖੇ ਕੋਈ ਵਜ੍ਹਾ ਪੈ ਨਹੀਂ ਬਸ ਮੈਂ ਗਲਤੀ ਠੀਕ ਹੈ ਉਹ ਕੋ ਵੱਲ ਹੁਣ ਤਲਹੜ ਨਾਲ ਮਾਰੇ ਸਹੀ ਉਹ ਤਰੁੱਟ ਵਜੇ ਬੀਆ ਕੱਟ ਗਏ ਨੇ ਉਹ ਮਾਰ ਦਿੱਤੀ ਬੜੀ ਮਾਰ ਦਿੱਤੀ ਕਿ ਇਹ ਜਿਹੜਾ ਉਤਲਾ ਚਮ ਹੀ ਲੈ ਗਿਆ ਠੀਕ ਹੈ ਤਾਂ ਮੇਰੇ ਨਾਲ ਵੱਡਾ ਫਰਾਡ ਕੀਤੇ ਸਹੀ ਮੇਰੇ ਨਾਲ ਇਵੇਂ ਫਰਾਡ ਤਾਂ ਕਿਉਂ ਕੀਤੇ ਸਹੀ ਦੱਸ ਸਹੀ ਅਖੀਰ 6 ਮਹੀਨੇ ਗੁਜ਼ਰੇ 6 ਮਹੀਨੇ ਤੋਂ ਬਾਅਦ ਉਹਨਾਂ ਤਾਲਾ ਖੋਲ੍ਹਿਆ ਸ਼ਹਿਜ਼ਾਦੀ ਆਪਣੀ ਹੂੰ ਸੂਰਤ ਸੀਰਤ ਜਾਏ ਵੱਲ ਉਹਦੇ ਜ਼ਖਮ ਹੀ ਠੀਕ ਠੀਕ ਹੈ ਸਹੀ ਹੁਣ ਸੀ ਉਹ ਵੀ ਊਂ ਖੁੱਲ੍ਹਾਏ ਬਾਦਸ਼ਾਹ ਨੇ
ਆਇਆ ਜਿਸਲੇ ਤਾਂ ਉਹ ਲਾਲ ਬਾਦਸ਼ਾਹ ਨੇ ਹੁਕਮ ਮੁਬਾਰਕ ਦਿੱਤੀ, ਆਓ ਤੁਹਾਡੀ ਧੀ ਆਪਣੀ ਸੂਰਤ 'ਤੇ ਆ ਗਈ, ਵਲਦੀ ਸੂਰਤ 'ਚ ਆ ਗਈ। ਸਹੀ, ਉਹਨਾਂ ਨੇ ਆਖਿਆ ਸੀ ਇਹ ਤੁਹਾ ਹੁਕਮ ਮੁਬਾਰਕ ਹੋਵੇ, ਆਓ ਤੁਸਾਂ ਆਪਣਾ ਜਿਹੜਾ ਫਰਜ਼ ਆਈ ਉਹ ਪੂਰਾ ਕੀਤੇ, ਮੇਰੇ ਕੋਲੋਂ ਇਹਦਾ ਨਿਕਾਹ ਗਿਣੋ ਅਤੇ ਅੱਜ ਬਾਦਸ਼ਾਹ ਦਾ ਹੱਕ ਗਿਣੋ ਮੇਰੇ। ਲਾਲ ਬਾਦਸ਼ਾਹ ਦਾ ਨਿਕਾਹ ਥੀ ਗਿਆ। ਠੀਕ, ਉਹ ਆਖਿਆ ਵੀ ਜਿਹੜੀ ਅੱਜ ਬਾਦਸ਼ਾਹ ਦਾ ਹੱਕ ਹੈ ਇਹ ਮੈਂ ਤੇਰੇ ਕੋਲ ਮਾਫ਼ ਕੀਤਾ। ਠੀਕ ਹੈ, ਉਹ ਤੇਰੇ ਕੋਲ ਮੈਂ ਨਹੀਂ ਗਿਣਦਾ, ਮੈਂ ਬਾਦਸ਼ਾਹ ਹਾਂ, ਫਲਾਣੇ ਬਾਦਸ਼ਾਹ ਦਾ ਪੁੱਤਰ ਹਾਂ, ਮੈਂ ਹੀ ਦੀ ਤਲਾਸ਼ ਵਾਸਤੇ ਆਇਆ ਹਾਂ ਜਿਹੜੀ ਮੈਂ ਅੱਜ ਹਾਸਲ ਕਰਕੇ ਵਾਪਸ ਵੇਂਦਾ। ਠੀਕ ਹੈ, ਉਹ ਹੂੰ ਉਡਣ ਕਟੋਰੇ 'ਤੇ ਚਾਇਓਸ ਅਤੇ ਆਪਣੇ ਘਰ ਆਇਆ ਤਾਂ ਹੂੰ ਉਹਦੇ ਮਾਂ ਪਿਓ ਜਿਹੜੇ ਹਨ ਨਾ ਅੱਖੀ ਤੋਂ ਮੁਥਾ ਠੀਕ ਹੈ ਰੋ ਰੋ, ਸਾਡਾ ਇੱਕ ਪੁੱਤਰ ਆ ਤੇ ਉਹ ਚਲਾ ਗਿਆ, ਉਹ ਚਲਾ ਗਿਆ, ਅੱਲਾ ਜਾਣਦੇ ਉਹ ਮਰ ਗਿਆ ਜਿੰਦਾ ਕਿੱਥੇ ਕਿੱਥੇ ਨਹੀਂ। ਉਹ ਜਿਸ ਵੇਲੇ ਵਾਪਸ ਗਿਆ ਤੂੰ ਮੰਨ ਕੇ ਦਿੱਤਾ, ਉਹ ਖੁਸ਼ੀ ਦੇ ਵਿੱਚ ਆਇਆ ਨਾ ਅਤੇ ਦੁਆ ਮੰਗੀ ਉਸ ਲਾਲ ਬਾਦਸ਼ਾਹ ਨੇ, ਆਖਿਓ ਜੇ ਮੇਰਾ ਰੱਬ ਤੂੰ ਸੱਚਾ ਹੈ ਤਾਂ ਮੇਰੀ ਇਹ ਦੁਆ ਕਬੂਲ ਕਰ, ਮੇਰੇ ਮਾਂ ਪਿਓ ਕੋ ਇੱਕ ਵਾਰੀ ਨਿਗਾਹ ਦੇ ਕਿ ਆਪਣੀ ਨੂੰਹ ਕੋ ਦੇਖ। ਅੱਛਾ, ਜਿਹਦੇ ਪਿੱਛੋਂ ਮੈਂ ਇਤਨਾ ਅਰਸਾ ਜਫਾ ਕੱਟਦੇ ਇੰਕੂ ਹਾਸਲ ਕੀਤੇ ਹੁਣ ਕੋ ਦੇਖ। ਸਹੀ, ਅੱਲਾਹ ਤਾਲਾ ਉਹਦੀ ਦੁਆ ਕਬੂਲ ਕੀਤੀ ਅਤੇ ਉਹ ਸੀ ਆਪਣੀ ਸੂਰਤ 'ਤੇ ਆਇਆ ਅਤੇ ਉਹ ਵੀਰ ਬਾਲੋਂ ਕੋ ਗੱਲ ਸੁਣਾਈ ਜਹਾਨੇ ਬਾਦਸ਼ਾਹ। ਉਹ ਜਹਾਨੇ ਬਾਦਸ਼ਾਹ ਉਹ ਨਾ ਰਾਣੀ ਆਣ ਬੱਤੇ ਰਾਣੇ ਆਣ ਬੋਲ ਦੀ ਦਖਤ ਦੀ ਜ਼ਰੂਰਤ ਕਰ ਸਕੇ, ਤੂੰ ਕਿਹੋ ਗਿਆ ਤੈਨੂੰ ਤਾਂ ਫਤਿਹ ਮੰਦ ਮੌਲਵੀ ਦਾ ਫੈਸਲਾ ਨਹੀਂ। ਅੱਛਾ, ਵਾਹ 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 ਵਾਹ।